ਜਦੋਂ ਕਿਉਂਕਿ ਬਹੁਤ ਸਾਰੇ ਪਿੰਡਾਂ ਨੂੰ ਆਲੇ ਦੁਆਲੇ ਦੇ ਪਿੰਡਾਂ ਨੂੰ ਚੀਮਾ ਮੰਡੀ ਜਿਹੜੀ ਹੈ ਰੋਜ਼ਮਰਰਾ ਦੀਆਂ ਚੀਜ਼ਾਂ ਰੋਜ਼ਮਰਰਾ ਦੇ ਸਮਾਨ ਖਰੀਦੋ ਫਰੋਖਤ ਵਾਸਤੇ ਚੀਮਾ ਮੰਡੀ ਆਉਣਾ ਪੈਂਦਾ। ਸਤੌਜ ਹੋਵੇ, ਵੀਰ ਕਲਾਂ, ਹੀਰੋ ਕਲਾਂ, ਝਾੜੋਂ, ਢੱਡਰੀਆਂ, ਸਾਹੋਕੇ, ਤੱਕੀਪੁਰ, ਇੱਧਰੋਂ ਸ਼ਾਹਪੁਰ, ਸ਼ੇਰੋਂ, ਕੋਟੜਾ, ਇੱਧਰੋਂ ਬਖਸ਼ੀ ਵਾਲੇ ਤੱਕ, ਕਾਸੀ ਵਾਲਾ, ਤੋਲਾਵਾਲ, ਧਰਮਗੜ੍ਹ ਤੱਕ, ਇਹ ਜਿਹੜਾ ਏਰੀਆ ਇਹ ਚੀਮਾ ਇਹਦੀ ਹੱਬ ਹੈ। ਸੋ ਇੱਥੇ ਹਸਪਤਾਲ ਬਾਰੇ ਜਦੋਂ ਵੀ ਗੱਲ ਚੱਲਦੀ ਸੀ, ਜਦੋਂ ਤੋਂ ਮੈਂ ਪੜ੍ਹਦਾ ਸੀਗਾ 8ਵੀਂ 9ਵੀਂ 'ਚ, ਉਦੋਂ ਤੁਸੀਂ ਦੇਖਦੇ ਕਿਉਂਕਿ ਸਕੂਲ ਦੇ ਜਮ੍ਹਾਂ ਸਾਹਮਣੇ, ਮਤਲਬ ਹਸਪਤਾਲ ਤਾਂ ਕਹਿ ਨਹੀਂ ਸਕਦੇ ਸੀ ਉਹਨੂੰ ਆਪਾਂ, ਨਾ ਉੱਥੇ ਕੋਈ ਡਾਕਟਰ, ਨਾ ਦਵਾਈਆਂ, ਨਾ ਮਸ਼ੀਨਾਂ। ਇੱਥੋਂ ਤਾਂ ਬਸ ਚੀਮਿਆਂ ਤੋਂ ਸੁਨਾਮ ਜਾਂ ਫਿਰ ਲੁਧਿਆਣਾ ਜਾਂ ਰਜਿੰਦਰਾ ਹਸਪਤਾਲ ਪਟਿਆਲਾ ਸਿਰਫ ਇੱਕ ਰੈਫਰਲ ਸੈਂਟਰ ਬਣ ਗਿਆ ਸੀ ਵੀ ਇੱਥੇ ਲਿਆਓ, ਡਾਕਟਰਾਂ ਤੋਂ ਲਿਖਾ ਕੇ ਉਹਨੂੰ ਲੈ ਜਾਓ। ਸੋ ਉਹੀ ਟਾਈਮ ਜਿਹੜਾ ਲੁਧਿਆਣੇ ਜਾਣ ਨੂੰ ਜਾਂ ਪਟਿਆਲੇ ਜਾਣ ਨੂੰ ਲੱਗਦਾ, ਉਹ ਟਾਈਮ ਬਹੁਤ ਕਰੂਸ਼ਲ ਹੁੰਦਾ। ਜੇ ਉਸ ਟਾਈਮ 'ਤੇ ਵਧੀਆ ਇਲਾਜ ਲੋਕਲੀ ਮਿਲ ਜੇ ਤਾਂ ਬਹੁਤ ਕੀਮਤੀ ਜਾਨਾਂ ਬਚ ਸਕਦੀਆਂ। ਸੋ ਜਦੋਂ ਮੇਰੇ ਕੋਲ ਇਹ ਤੁਸੀਂ ਫਤਵਾ ਦਿੱਤਾ ਤਾਂ ਮੇਰੇ ਏਜੰਡੇ 'ਤੇ ਸਭ ਤੋਂ ਪਹਿਲਾਂ ਸੀ ਕਿ ਚੀਮਿਆਂ ਦਾ ਹਸਪਤਾਲ ਸ਼ਾਨਦਾਰ ਬਣਾਉਣਾ ਹੈ ਤਾਂ ਕਿ ਆਲੇ ਦੁਆਲੇ ਦੀ ਲੱਖਾਂ ਦੀ ਆਬਾਦੀ ਜਿਹੜੀ ਹੈ ਉਹ ਇੱਥੋਂ ਇਲਾਜ ਕਰਾ ਸਕੇ। ਅਤੇ ਅੱਜ ਉਹ ਸੁਪਨਾ ਜਿਹੜਾ ਉਹ ਪੂਰਾ ਹੋਣ ਦਾ ਰਸਮ ਸ਼ੁਰੂ ਹੋ ਚੁੱਕੀ ਹੈ। ਲੇਟੈਸਟ ਡਿਜ਼ਾਈਨ ਹੋਊਗਾ, ਸ਼ਾਨਦਾਰ ਹਸਪਤਾਲ ਹੋਊਗਾ, ਡਾਕਟਰ 2 ਮੰਜ਼ਿਲਾਂ ਵਾਲਾ ਹੋਊਗਾ, ਪਰ ਸਾਰੇ ਡਾਕਟਰਾਂ ਦੇ ਦਫ਼ਤਰ ਅਤੇ ਸਾਰੇ ਦਵਾਈਆਂ ਇਲਾਜ ਵਾਲੇ ਉਹ ਸਾਰੇ ਪਹਿਲੀ ਮੰਜ਼ਿਲ 'ਤੇ ਹੋਣਗੇ ਤਾਂ ਕਿ ਬਜ਼ੁਰਗਾਂ ਨੂੰ ਕੋਈ ਉੱਪਰ ਜਾਣ 'ਚ ਜਾਂ ਕੋਈ, ਵੈਸੇ ਤਾਂ ਲਿਫਟਾਂ ਵੀ ਲਾਵਾਂਗੇ, ਕੋਈ ਪ੍ਰੋਬਲਮ ਨਾ ਹੋਵੇ। ਅੱਜ ਨਾਲ ਦੀ ਨਾਲ ਕੌਰੀਆਂ ਵਿਖੇ ਵੀ, ਕੌਰੀਆਂ ਦਾ ਵੀ ਇਹੀ ਹੈ ਜਿਵੇਂ ਚੀਮਿਆਂ ਦਾ, ਕੌਰੀਆਂ ਦੇ ਆਲੇ ਦੁਆਲੇ ਵੀ ਜਿਹੜੇ ਪਿੰਡ ਨੇ, ਉੱਭਾ ਹੋ ਗਿਆ ਭਾਵੇਂ, ਉਹ ਉਹਨਾਂ ਨੂੰ ਜਿਹੜਾ ਕਿਤੇ ਜ਼ਿਆਦਾ ਦਿੜਬੇ ਜਾਣਾ ਪੈਂਦਾ ਜਾਂ ਲਹਿਰੇ ਕਰਕੇ ਜਾਣਾ ਪੈਂਦਾ। ਸੋ ਨਾਲ ਦੀ ਨਾਲ ਧੂਰੀ ਦਾ ਵੀ ਹਸਪਤਾਲ ਜਿਹੜਾ ਉਹਨੂੰ ਵੀ ਅਪਗ੍ਰੇਡ ਕਰਤਾ, ਬਿਲਕੁਲ ਅਪਗ੍ਰੇਡ ਹੋਊਗਾ। ਡਾਕਟਰ ਨਵੇਂ ਭਰਤੀ ਕੀਤੇ ਜਾ ਰਹੇ ਨੇ, ਹਜ਼ਾਰਾਂ ਦੀ ਗਿਣਤੀ 'ਚ ਨਰਸਾਂ ਸਟਾਫ ਹੋਰ ਰੱਖਿਆ ਜਾ ਰਿਹਾ। ਦਵਾਈਆਂ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਦੱਸਿਆ, 26 ਜਨਵਰੀ ਤੋਂ ਇਹ ਆਰਡਰ ਕਰਤੇ ਸਾਰੇ ਸਰਕਾਰੀ ਹਸਪਤਾਲਾਂ ਦਾ, ਚਾਹੇ ਉਹ ਸਬ ਤਹਿਸੀਲ ਦਾ, ਚਾਹੇ ਤਹਿਸੀਲ ਦਾ, ਚਾਹੇ ਜ਼ਿਲ੍ਹੇ ਦਾ, CMO ਅਤੇ SMO ਜਿਹੜੇ ਵੱਡੇ ਡਾਕਟਰ ਨੇ, ਜਿਹੜੇ ਇੰਚਾਰਜ ਨੇ, ਉਹਨਾਂ ਨੂੰ ਇਹ ਆਰਡਰ ਕਰਤੇ ਕਿ ਇੱਕ ਵੀ ਦਵਾਈ ਤੁਸੀਂ ਆਪਣੀ ਪਰਚੀ 'ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ। ਸਾਰੀਆਂ ਦਵਾਈਆਂ ਮੁਫਤ ਦੇ ਦਵਾਈਆਂ, ਕੋਈ ਜਿਹਦਾ ਪੈਸਾ ਨਹੀਂ ਲੱਗਦਾ, ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ, ਤੁਹਾਡੇ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ। ਜੇ ਕੋਈ ਦਵਾਈ ਇਹੋ ਜਿਹੀ ਹੈ ਜਿਹੜੀ ਹੈ ਨਹੀਂ ਸਟੋਰ 'ਚ, ਬਾਹਰੋਂ ਮੰਗਾਉਣੀ ਹੀ ਪੈਣੀ ਹੈ, ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ, ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ। ਕਿਉਂਕਿ ਪਤਾ ਸਾਨੂੰ ਜਦੋਂ ਰਿਸ਼ਤੇਦਾਰੀ 'ਚ ਕੋਈ ਜਾਂ ਪਰਿਵਾਰ 'ਚ ਕੋਈ ਬਿਮਾਰ ਹੋ ਜਾਂਦਾ ਸੀ, ਜਦੋਂ ਇੱਕ ਵਾਰੀ ਪਰਚੀ 'ਤੇ ਲਿਖ ਕੇ ਬਾਹਰ ਭੇਜਤੇ ਗਿਆ, 1000-2000 ਨੂੰ ਤਾਂ ਗਏ। ਸੋ ਇਸ ਕਰਕੇ ਇਹ ਕਾਊਂਟੇਬਲ ਬਣਾ ਦਿੱਤੇ ਗਏ ਨੇ SMO ਅਤੇ CMO ਕਿ ਤੁਸੀਂ
ਦਵਾਈਆਂ ਅੱਛਾ ਜੇ ਉਹ ਦਵਾਈ ਬਾਹਰੋਂ ਮੰਗਾਉਣੀ ਪੈ ਰਹੀ ਹੈ ਅਗਲੇ ਦਿਨ ਹੀ ਉਹ ਦਵਾਈ ਸਰਕਾਰ ਉਸ ਹਸਪਤਾਲ ਦੇ ਵਿੱਚ ਪਹੁੰਚਾਊਗੀ ਤਾਂ ਕਿ ਅਗਲੇ ਦਿਨ ਉਸ ਦਵਾਈ ਵਾਸਤੇ ਵੀ ਬਾਹਰ ਨਾ ਜਾਣਾ ਪਵੇ। ਐਕਸਰੇ ਮਸ਼ੀਨਾਂ, ਅਲਟਰਾਸਾਊਂਡ ਦੀਆਂ ਮਸ਼ੀਨਾਂ ਸਾਰੇ ਹਸਪਤਾਲਾਂ 'ਚ ਹੋਣਗੀਆਂ। ਜੇ ਕਿਸੇ ਹਸਪਤਾਲ 'ਚ ਐਕਸਰੇ ਮਸ਼ੀਨ ਹੈ ਨਹੀਂ, ਅਲਟਰਾਸਾਊਂਡ ਦੀ ਮਸ਼ੀਨ ਹੈ ਨਹੀਂ, ਬਾਹਰ ਪ੍ਰਾਈਵੇਟ ਹਸਪਤਾਲਾਂ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਰਿਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ, ਪੈਸੇ ਸਰਕਾਰ ਦੇਊਗੀ। ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ 'ਤੇ ਐਕਸਰੇ ਨਹੀਂ ਹੋ ਸਕਿਆ ਜਾਂ ਟਾਈਮ 'ਤੇ MRI ਨਹੀਂ ਹੋ ਸਕੀ। ਬਹੁਤ ਕੀਮਤੀ ਜਾਨਾਂ ਬਚਣਗੀਆਂ ਕਿਉਂਕਿ ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ, ਪੰਜਾਬ ਜਿਹੜਾ ਉਹ ਪੂਰੇ ਦੇਸ਼ ਦਾ ਅੰਗ ਰੱਖਿਅਕ ਵੀ ਹੈ, ਬੋਡੀਗਾਰਡ ਵੀ ਪੰਜਾਬ ਹੀ ਹੈ। ਕਿਉਂਕਿ ਜਦੋਂ ਆਜ਼ਾਦੀ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ 80-90%, ਉਸ ਆਜ਼ਾਦੀ ਨੂੰ ਸੰਭਾਲਣ ਵੇਲੇ ਵੀ ਕੁਰਬਾਨੀਆਂ ਸਾਡੀਆਂ ਹੀ ਨੇ। ਅਸੀਂ ਤਾਂ ਫੌਜ ਦੇ ਵਿੱਚ ਅਸੀਂ ਕੁਸ਼ਤੀਆਂ ਘੋਲਾਂ ਦੇ ਵਿੱਚ, ਅਸੀਂ ਕਬੱਡੀਆਂ ਗਿੱਧਿਆਂ ਭੰਗੜਿਆਂ ਦੇ ਵਿੱਚ ਮੋਹਰੀ ਬੰਦੇ ਹਾਂ। ਸੋ ਸਾਨੂੰ ਤੰਦਰੁਸਤੀ ਬਹੁਤ ਜ਼ਰੂਰੀ ਹੈ। ਪੰਜਾਬ ਤੰਦਰੁਸਤ ਹੋਊਗਾ ਤਾਂ ਤਰੱਕੀ ਕਰੂਗਾ, ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਜਗ੍ਹਾ ਜਗ੍ਹਾ ਹਸਪਤਾਲ ਖੁੱਲ੍ਹ ਰਹੇ ਨੇ, 829 ਆਮ ਆਦਮੀ ਕਲੀਨਿਕ ਖੁੱਲ੍ਹ ਗਏ। ਤੁਹਾਡੇ ਵੀ ਨੇੜੇ ਤੇੜੇ ਕਿਤੇ ਹੋਊਗਾ ਪਿੰਡਾਂ 'ਚ ਜਾਂ ਆਜੂਗਾ, ਸ਼ਾਨਦਾਰ ਮੁਹੱਲਾ ਕਲੀਨਿਕ ਨੇ, ਆਮ ਆਦਮੀ ਕਲੀਨਿਕ ਨੇ, ਕੰਪਿਊਟਰ ਲੈ ਕੇ ਬੈਠੀਆਂ ਨੇ ਉੱਥੇ ਫਾਰਮਾਸਿਸਟ ਕੁੜੀਆਂ ਮੁੰਡੇ, ਬਕਾਇਦਾ ਤੌਰ 'ਤੇ ਦਵਾਈ, 80 ਕਿਸਮ ਦੀਆਂ ਦਵਾਈਆਂ, 80-90, 40 ਕਿਸਮ ਦੇ ਟੈਸਟ ਉੱਥੇ ਹੀ ਹੁੰਦੇ ਨੇ, ਸ਼ਹਿਰ ਜਾਣ ਦੀ ਲੋੜ ਨਹੀਂ ਪੈਣੀ। ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਇਹਨਾਂ ਕਲੀਨਿਕਾਂ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਕੇ ਜਾਂ ਤਾਂ ਠੀਕ ਹੋ ਕੇ ਚਲਾ ਗਿਆ ਜਾਂ ਫਿਰ ਉਹਨੂੰ ਹਸਪਤਾਲ ਵੱਡੇ 'ਚ ਜਾਣ ਦੀ ਲੋੜ ਨਹੀਂ ਪਈ। ਇਕੱਲੀ ਮੈਂ ਹੈਲਥ ਦੀ ਗੱਲ ਕਰ ਰਿਹਾ ਜੇ, ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਊਗਾ। ਦੇਖੋ ਜਿਹੜਾ ਮੁੱਖ ਮੰਤਰੀ ਹੁੰਦਾ ਉਹਦਾ ਕੰਮ ਸਰੋਪੇ ਪਾਉਣਾ ਨਹੀਂ ਹੁੰਦਾ, ਉਹਦਾ ਕੰਮ ਇੱਧਰੋਂ MLA ਪਟਰੋਲ ਤੋਂ MA ਉਹ ਨਹੀਂ ਹੁੰਦਾ, ਉਹਦਾ ਕੰਮ ਹੁੰਦਾ ਵਿਜ਼ਨ ਬਣਾਵੇ ਆਪਣੇ ਸੂਬੇ ਦੀ ਜਨਤਾ ਲਈ, ਆਉਣ ਵਾਲੇ ਫਿਊਚਰ ਦੇ ਲਈ ਕਿਵੇਂ ਪਬਲਿਕ ਨੂੰ, ਕਿਵੇਂ ਲੋਕਾਂ ਦੀ ਤਰੱਕੀ ਹੋ ਸਕਦੀ ਹੈ, ਜੀਵਨ ਪੱਧਰ ਉੱਚਾ ਚੱਕਿਆ ਜਾ ਸਕਦਾ, ਉਹਦਾ ਵਿਜ਼ਨ ਤਿਆਰ ਕਰੇ। ਆਹ ਜਿਹੜੇ ਆਮ ਆਦਮੀ ਕਲੀਨਿਕ ਨੇ ਇਹਨਾਂ ਦਾ ਸਾਨੂੰ ਇੱਕ ਹੋਰ ਬਹੁਤ ਵੱਡਾ ਫਾਇਦਾ ਹੋ ਰਿਹਾ। ਫਾਇਦਾ ਇਹ ਹੋ ਰਿਹਾ ਕੰਪਿਊਟਰ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ, ਸਾਰਾ ਹੈਲਥ ਡਾਟਾ ਸਾਡੇ ਕੋਲ ਆ ਗਿਆ ਹੁਣ ਤੱਕ 1.25 ਕਰੋੜ ਬੰਦੇ ਦਾ। ਇਹਦੇ ਨਾਲ ਇਹ ਪਤਾ ਲੱਗ ਜੂਗਾ, ਹਜੇ ਹੋਰ ਖੁੱਲ੍ਹਣਗੇ, ਖੁੱਲ੍ਹੀ ਜਾਣਗੇ ਉਹ ਤਾਂ, ਕਿ ਪੰਜਾਬ ਦੇ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ, ਹਾਈਪਰਟੈਂਸ਼ਨ ਦੇ ਕਿੰਨੇ ਕੇਸ ਕਿਹੜੇ ਇਲਾਕੇ 'ਚ ਆ ਰਹੇ ਨੇ, ਬਲੱਡ ਸ਼ੂਗਰ ਦੇ ਕਿੰਨੇ ਕੇਸ ਕਿਹੜੇ ਇਲਾਕੇ 'ਚ ਆ ਰਹੇ ਨੇ, ਹੈਪੇਟਾਈਟਿਸ CB ਦੇ ਕਿੰਨੇ ਕੇਸ ਕਿਹੜੇ ਇਲਾਕੇ 'ਚ ਆ ਰਹੇ ਨੇ, ਕਿਹੜੇ ਇਲਾਕੇ ਦੇ ਬੱਚਿਆਂ 'ਚ ਕਿਹੜੀ ਬਿਮਾਰੀ ਜ਼ਿਆਦਾ ਹੈ। ਇਹਦੇ ਨਾਲ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਭੇਜ ਸਕਦੇ ਹਾਂ ਜਾਂ ਫਿਰ ਸਪੈਸ਼ਲਿਸਟ ਹੋਸਪਿਟਲ ਖੋਲ੍ਹ ਸਕਦੇ ਹਾਂ। ਸਾਰਾ ਡਾਟਾ ਜਿੰਨਾ ਵੀ ਤੁਸੀਂ ਦਵਾਈ ਲਈ ਹੈ, ਜਿਹੜੀ ਵੀ ਤੁਹਾਨੂੰ ਰਿਕਮੈਂਡ ਕੀਤੀ ਹੈ, ਉਹ ਤੁਹਾਡੇ ਮੋਬਾਈਲ ਫੋਨ 'ਚ ਆਜੂ, ਪਾਸਵਰਡ ਤੁਹਾਡਾ ਆਪਣਾ, ਫਰਜ਼ ਕਰੋ ਤੁਸੀਂ ਦਵਾਈ ਇੱਥੇ ਲਈ ਹੈ, ਸ਼ੇਰੋਂ ਦੇ ਆਮ ਆਦਮੀ ਕਲੀਨਿਕ 'ਚੋਂ ਦਵਾਈ ਲੈ ਲਈ, ਤੁਸੀਂ ਕੋਈ ਕੰਮ ਇਹੋ ਜਿਹਾ ਕਰਦੇ ਹੋ, ਟਰੱਕ ਚਲਾਉਂਦੇ ਹੋ ਜਾਂ ਕੋਈ ਹੋਰ ਕੰਮ ਹੈ, ਤੁਹਾਨੂੰ ਬਾਹਰ ਜਾਣਾ ਪੈਂਦਾ, ਤੁਸੀਂ UP ਗਏ, ਉੱਥੇ ਥੋੜ੍ਹਾ ਕੋਈ ਰੱਬ ਨਾ ਕਰੇ ਕੋਈ ਦਿੱਕਤ ਆਈ ਸਿਹਤ ਨੂੰ, ਤੁਸੀਂ ਡਾਕਟਰ ਕੋਲ ਗਏ, ਡਾਕਟਰ ਨੇ ਕਿਹਾ ਵੀ ਕਿਹੜੀ ਦਵਾਈ ਖਾਣਾ,
ਤਾਂ ਤੁਹਾਨੂੰ ਘਰੋਂ ਪਰਚੀ ਮੰਗਾਉਣ ਦੀ ਜਾਂ ਕੋਈ ਉਹ ਕਰਨ ਦੀ ਲੋੜ ਨਹੀਂ। ਤੁਸੀਂ ਮੋਬਾਈਲ ਖੋਲੋਗੇ ਜੀ, ਆਹ ਮੇਰਾ ਰਿਕਾਰਡ ਹੈ ਜੀ, ਆਹ ਦਵਾਈ ਮੈਂ ਲੇਟੈਸਟ ਹਫ਼ਤਾ ਪਹਿਲਾਂ ਲਈ ਹੋਈ ਹੈ, ਨਾਲ ਦੀ ਨਾਲ ਉਹ ਡਾਕਟਰ ਤੁਹਾਨੂੰ ਉੱਥੇ ਦਵਾਈ ਦੇ ਦੇਊਗਾ, ਚਾਹੇ ਜਿੱਥੇ ਮਰਜ਼ੀ ਦੇਸ਼ ਦੇ ਵਿੱਚ ਤੁਸੀਂ ਹੋਵੋ। ਫਿਰ ਸਿਹਤ ਨਾਲ ਹੀ ਸੰਬੰਧਿਤ ਇੱਕ ਹੋਰ ਕੰਮ ਸ਼ੁਰੂ ਕੀਤਾ, SSF ਸੜਕ ਸੁਰੱਖਿਆ ਫੋਰਸ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਵੈਸੇ ਤਾਂ ਬਹੁਤ ਸਾਰੇ ਕੰਮਾਂ 'ਚ ਪਹਿਲਾ ਸੂਬਾ ਹੈ, ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿਹਨੇ ਆਪਣੀ ਸੜਕਾਂ ਦੀ ਸੁਰੱਖਿਆ ਵਾਸਤੇ, ਲੋਕਾਂ ਦੀ ਜਾਨ ਬਚਾਉਣ ਵਾਸਤੇ ਆਪਦੀ ਅਲੱਗ ਪੁਲਿਸ ਬਣਾ ਲਈ, SSF। ਇੱਥੇ ਫਿਰਦੀਆਂ ਹੋਣਗੀਆਂ ਗੱਡੀਆਂ, ਤੁਹਾਡੇ ਲੰਘਦੀਆਂ ਹੋਣਗੀਆਂ। ਜਦੋਂ ਮੈਂ 18 ਦੇ ਵਿੱਚ MPC ਮੈਂ ਇੱਕ ਡਾਟਾ ਕਢਾਇਆ ਪਾਰਲੀਮੈਂਟ 'ਚੋਂ, ਉਸ ਵੇਲੇ 14 ਮੌਤਾਂ ਇੱਕ ਦਿਨ 'ਚ ਆਉਣ ਦਾ ਸਪੋਟ ਪੰਜਾਬ 'ਚ ਸੀ, ਨੰਬਰ 1 ਸੀ ਦੇਸ਼ 'ਚ, 14 ਬੰਦੇ ਇੱਕ ਦਿਨ 'ਚ ਮਰਦੇ ਸੀ ਆਨ ਦਾ ਸਪੋਟ। ਜਦੋਂ ਹੁਣ ਕਢਾਇਆ ਤਾਂ ਹੁਣ ਉਹ 17 ਹੋ ਗਏ, 17 ਨੂੰ ਕਰ ਲਓ, 17-18 ਨੂੰ ਕਰ ਲਓ ਤੁਸੀਂ, 30 ਨਾਲ ਗੁਣਾ ਮਹੀਨੇ ਦੇ 540, 540 ਨੂੰ 12 ਨਾਲ ਗੁਣਾ ਕਰੋ, ਸਾਲ ਦਾ ਕੱਢਣਾ, ਮਤਲਬ 6500 ਤੋਂ ਦੇ ਨੇੜੇ ਤੇੜੇ 6500 ਬੰਦਾ ਸੜਕਾਂ 'ਤੇ ਮਰ ਜਾਂਦਾ ਇੱਕ ਸਾਲ 'ਚ। ਬਾਕੀ ਜਿਹੜੇ ਜ਼ਖਮੀ ਹੋ ਜਾਂਦੇ ਨੇ, ਰੀੜ ਦੀ ਹੱਡੀ ਟੁੱਟ ਜਾਂਦੀ ਹੈ, ਮੰਜੇ 'ਤੇ ਪੈ ਜਾਂਦੇ ਨੇ, ਨਾ ਮਰਿਆਂ 'ਚ ਨਾ ਜਿਉਂਦਿਆਂ 'ਚ। ਔਰ ਇਹਨੂੰ ਆਪਾਂ ਕਿਸਮਤ ਕਹਿ ਕੇ ਕਰ ਦਿੰਦੇ ਹਾਂ ਵੀ ਭਾਈ ਇਹਦੀ ਕਿਸਮਤ ਐਂ ਲਿਖੀ ਹੋਈ ਸੀ। ਕਿਉਂ ਲਿਖੀ ਹੋਈ ਸੀ? ਨਹੀਂ, ਕਿਤੇ ਨਾ ਕਿਤੇ ਉਹ 'ਚ ਵੀ ਹਿਊਮਨ ਐਰਰ। ਤੋ ਅਸੀਂ ਪੁਲਿਸ ਲਾਈ ਆ ਹੁਣ, ਉਹ ਜਿੱਥੇ ਐਕਸੀਡੈਂਟ ਹੋ ਜੇ ਜਿਹੜਾ ਨੰਬਰ ਡਾਇਲ ਕਰਕੇ 112 ਦਾ, 7 ਮਿੰਟ 21 ਸਕਿੰਟ ਦੀ ਐਵਰੇਜ ਆਈ ਹੈ, ਹਜੇ ਮਹੀਨਾ ਹੋਇਆ ਉਸ ਪੁਲਿਸ ਨੂੰ ਬਣੀ ਨੂੰ, ਕਿ 7 ਮਿੰਟਾਂ ਦੇ ਵਿੱਚ ਜਿੱਥੇ ਮਰਜ਼ੀ ਐਕਸੀਡੈਂਟ ਹੋਇਆ ਹੋਵੇ ਸੜਕ 'ਤੇ ਉਹ ਪਹੁੰਚ ਜਾਂਦੇ ਨੇ। ਉਹਨਾਂ ਕੋਲ ਗੈਸ ਕਟਰ ਨੇ, ਰੱਬ ਨਾ ਕਰੇ ਕੋਈ ਇਹੋ ਜਿਹਾ ਐਕਸੀਡੈਂਟ ਹੋਇਆ ਪਿਆ, ਬੰਦਾ ਫਸ ਗਿਆ ਹੋਵੇ, ਟਾਕੀ ਵੱਢਣੀ ਹੋਵੇ, ਗੈਸ ਕਟਰ ਨੇ, ਆਰੀ ਦੇ ਬਲੇਡ ਨੇ, ਫਸਟ ਏਡ ਦਾ ਸਮਾਨ ਹੈ, ਟੋਚਨ ਹੈ। ਹੁਣ ਤੱਕ ਕਿੰਨਾ ਫਰਕ ਪੈ ਜਾਂਦਾ ਦੇਖੋ ਜੀ। 1 ਫਰਵਰੀ ਨੂੰ ਲਾਂਚ ਕੀਤੀ ਸੀ SSF, 15 ਦਿਨ ਦਾ ਮੈਨੂੰ ਡਾਟਾ ਦਿੱਤਾ ਉਹਨਾਂ ਨੇ, ਮੈਂ ਮਹੀਨੇ ਦਾ ਡਾਟਾ ਵੀ 2-3 ਦਿਨਾਂ 'ਚ ਜਾਰੀ ਕਰ ਦੂੰਗਾ ਫਰਵਰੀ ਮਹੀਨੇ ਦਾ। 15 ਦਿਨਾਂ 'ਚ ਉਹਨਾਂ ਨੇ 124 ਬੰਦੇ ਮੌਕੇ 'ਤੇ ਹੀ, ਮੱਲਮ ਪੱਟੀ ਝਰੀਟਾਂ ਝਰੂਟਾਂ ਆਈਆਂ ਸੀ, ਜ਼ਿਆਦਾ ਸੱਟਾਂ ਨਹੀਂ ਸੀ ਉਹਨਾਂ ਦਾ ਜਿਹੜਾ ਕਰਕੇ ਇਲਾਜ, 124 ਬੰਦੇ ਘਰ ਚਲੇ ਗਏ, 204 ਹਸਪਤਾਲ 'ਚ ਦਾਖਲ ਕਰਾਉਣੇ ਪਏ, ਸੱਟਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਸੀ। ਅਤੇ 15 ਦਿਨਾਂ 'ਚ ਜਿੱਥੇ ਇੱਕ ਦਿਨ 'ਚ 17-18 ਮੌਤਾਂ ਸੀ, 15 ਦਿਨਾਂ 'ਚ 13 ਮੌਤਾਂ ਹੋਈਆਂ ਨੇ ਜੀ। ਕਿੰਨਾ ਬੰਦਾ ਜਾਨ ਬਚ ਗਈ ਜੀ। ਅਤੇ ਨਾਲ ਜਿਹੜੇ ਟਰੱਕ ਖੜ੍ਹਾ ਟਰੱਕ ਹੈ ਕੋਈ ਖਰਾਬ ਹੋ ਗਿਆ, ਆਪਾਂ ਅਕਸਰ ਸੁਣਦੇ ਖਬਰਾਂ, ਖੜ੍ਹੇ ਹੋਏ ਟਰੱਕ ਦੇ ਪਿੱਛੋਂ ਗੱਡੀ ਟਰੱਕ ਦੇ ਥੱਲੇ ਵੜ ਗਈ, ਸਾਰੇ ਦਾ ਸਾਰਾ ਟੱਬਰ ਖਤਮ, ਟੱਬਰਾਂ ਦੇ ਟੱਬਰ ਖਤਮ ਹੋ ਜਾਂਦੇ। ਸੋ ਇਹ ਚੀਜ਼ ਮੈਨੂੰ ਬਹੁਤ ਪਿੰਚ ਕਰਦੀ ਸੀ ਯਾਰ, ਇਸ ਕੰਮ 'ਚ ਕਿਉਂ ਨੰਬਰ 1 ਆ ਸੀ, ਮਰਨ 'ਚ ਵੀ ਨੰਬਰ 1, ਐਕਸੀਡੈਂਟਾਂ 'ਚ, ਅਤੇ ਘਟਾਉਣਾ। ਤੁਸੀਂ ਦੇਖਿਓ ਸੀ ਹੁਣ ਅਗਲੇ ਮਹੀਨੇ ਦਾ ਡਾਟਾ ਆਊਗਾ, ਆਹ ਵੀ ਮੇਰੇ ਪਹਿਲੇ ਦਿਨੋਂ ਮੇਰੇ ਏਜੰਡੇ 'ਤੇ ਹੈ। ਥੋੜ੍ਹੀਆਂ ਜਿਹੀਆਂ ਕੁਛ ਦਿੱਕਤਾਂ ਨੇ, ਠੀਕ ਹੋਊਗਾ, ਕਿਉਂਕਿ ਮੈਂ ਤਾਂ ਇੱਥੇ ਸ਼ਹਿਰ 'ਚ ਕਸਬੇ 'ਚ ਰਹਿੰਦਾ ਰਿਹਾ, ਰੋਜ਼ ਖਬਰਾਂ ਸੁਣਦੇ ਰਹੇ ਹਾਂ। ਆਹ ਜਿਹੜਾ ਮੋੜ ਹੈ, ਆਹ ਜਿਹੜਾ ਇਸ ਮੋੜ ਹੈ ਨਾ, ਤੁਸੀਂ ਦੇਖ ਲਓ ਹਫ਼ਤੇ 'ਚ ਘੱਟੋ ਘੱਟ 1-2 ਤਾਂ ਮੌਤਾਂ ਹੁੰਦੀਆਂ ਹੀ ਹੁੰਦੀਆਂ ਨੇ, ਇਹਨੂੰ ਸਿੱਧਾ ਕਰਨਾ, 1-2 ਦਿੱਕਤਾਂ ਜੀ ਨੇ ਬਸ, ਅਸੀਂ ਅਕੁਆਇਰ ਕਰਾਂਗੇ, ਜ਼ਮੀਨ ਅਕੁਆਇਰ ਕਰਾਂਗੇ, ਅਤੇ ਜਿਹੜੀ ਉਹ ਪਹਿਲਾਂ ਵਾਲੀ ਆ ਉਹ ਉਹਨਾਂ ਦੇ ਮਾਲਕਾਂ ਨੂੰ ਛੱਡ ਦਾਂਗੇ, ਅਤੇ ਤੁਸੀਂ ਇੱਧਰ ਦੀ ਬਜਾਏ ਇੱਧਰ ਹੋ ਜਾਓ। ਪੁੰਨ ਵਾਲੇ ਕੰਮ ਹੈ, ਕਿੰਨੀਆਂ ਜਾਨਾਂ ਬਚਣਗੀਆਂ। ਹਰੇਕ ਹਫ਼ਤੇ ਆਪਾਂ ਇੱਥੇ ਮੌਤਾਂ ਦੇਖਦੇ, ਕਿੰਨਾ ਖੂਨੀ ਮੋੜ ਹੋ ਗਿਆ ਹੈ ਪੰਜਾਬ 'ਚ। 138 ਨੇ ਹੋ ਜੇ,
138 ਪੁਆਇੰਟ ਨੇ ਜਿੱਥੇ ਮੌਤਾਂ ਜ਼ਿਆਦਾ ਹੁੰਦੀਆਂ। ਇਕੱਲਾ ਬੋਰਡ ਲਾ ਕੇ ਨਹੀਂ ਹਟਣਾ ਵੀ ਸਾਵਧਾਨ ਅੱਗੇ ਖਤਰਨਾਕ ਮੋੜ ਹੈ, ਐਂ ਬੋਰਡ ਲਾ ਕੇ ਨਹੀਂ ਕੰਮ ਚੱਲਣਾ। ਸਿੱਧਾ ਕਰੋ ਜੀ ਉਸ ਸੜਕ ਨੂੰ ਸਿੱਧਾ ਕਰੋ, ਜੋ ਮਰਜ਼ੀ ਖਰਚਾ ਹੁੰਦਾ ਹੋਵੇ, ਬੰਦੇ ਦੀ ਜਾਨ ਤੋਂ ਕੁਛ ਵੀ ਕੀਮਤੀ ਨਹੀਂ ਹੈਗਾ। ਫਿਰ ਸਕੂਲਾਂ 'ਤੇ ਆ ਜਾਓ, ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ, ਸ਼ਾਨਦਾਰ ਸਕੂਲ ਬਣ ਰਹੇ ਨੇ, ਪੜ੍ਹਾਈ ਬਿਲਕੁਲ ਫ੍ਰੀ ਹੈ। ਮੈਂ ਮਰਜ਼ੀ ਅਤੇ ਮਜਬੂਰੀ, ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਅੱਜ ਗਰੀਬ ਦਾ ਕੋਈ ਬਿਮਾਰ ਹੋ ਜਾਵੇ ਪਰਿਵਾਰ 'ਚ ਮੈਂਬਰ, ਉਹਦੀ ਮਜਬੂਰੀ ਹੈ ਕਿ ਉਹ ਪ੍ਰਾਈਵੇਟ ਜਾਣਾ ਪਊਗਾ ਕਿਉਂਕਿ ਸਰਕਾਰੀ 'ਚ ਇਲਾਜ ਹੈ ਨਹੀਂ। ਉਹਦੀ ਮਜਬੂਰੀ ਹੈ ਕਿ ਉਹਨੂੰ ਪੈਸੇ ਦੇਣੇ ਪੈਣਗੇ। ਅੱਜ ਗਰੀਬ ਨੇ ਬੱਚਾ ਪੜ੍ਹਾਉਣਾ, ਉਹਦੀ ਮਜਬੂਰੀ ਹੈ ਕਿ ਪ੍ਰਾਈਵੇਟ 'ਚ ਪੜ੍ਹਾਉਣਾ ਪਊ, ਸਰਕਾਰੀ ਸਕੂਲਾਂ 'ਚ ਪੜ੍ਹਾਈ ਹੈ ਨਹੀਂ। ਤੁਸੀਂ ਮੈਨੂੰ 6 ਮਹੀਨੇ ਹੋਰ ਦੇ ਦਿਓ, 6 ਮਹੀਨਿਆਂ ਬਾਅਦ ਤੁਹਾਡੀ ਮਜਬੂਰੀ ਮੈਂ ਮਰਜ਼ੀ 'ਚ ਬਦਲ ਦੂੰਗਾ ਕਿ ਮਰਜ਼ੀ ਤੁਹਾਡੀ ਹੈ। ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਓ। ਪੜ੍ਹਾਈ ਇੱਕੋ ਜਿਹੀ ਹੈ, ਪਰ ਇੰਨਾ ਕੁ ਫਾਇਦਾ ਕਿ ਸਰਕਾਰੀ 'ਚ ਫੀਸ ਹੈ ਨਹੀਂ। ਬਿਲਕੁਲ ਉਸੇ ਤਰ੍ਹਾਂ ਸਕੂਲਾਂ ਦਾ ਕਿ ਇਲਾਜ, ਹਸਪਤਾਲਾਂ ਦਾ ਇਲਾਜ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਇਲਾਜ ਇੱਕੋ ਜਿਹਾ, ਇਲਾਜ ਇੱਕੋ ਜਿਹਾ। ਅਤੇ ਤੁਹਾਡੀ ਮਜਬੂਰੀ ਨਹੀਂ ਰਹੂਗੀ ਕਿ ਇੱਥੇ ਯਾਰ ਇੱਥੇ ਇਲਾਜ ਕਰਾਉਣਾ ਪੈਣਾ, ਮਜਬੂਰੀ ਨੂੰ ਮਰਜ਼ੀ 'ਚ ਬਦਲਾਂਗੇ। ਇਹ ਬਿਜ਼ਨਸ ਲੈ ਕੇ ਤੁਰੇ ਹੋਏ ਹਾਂ, ਪੈਸੇ ਕਮਾਉਣ ਵਾਲੇ ਕੰਮ ਤਾਂ ਭਾਈ ਛੱਡੀ ਫਿਰਦੇ ਹਾਂ। ਤੁਸੀਂ ਤਾਂ ਮੈਨੂੰ ਜਾਣਦੇ ਹੋ, ਮੱਧਿਆਂ ਤੋਂ ਵੱਧ ਤਾਂ ਮੈਂ ਪਰਸਨਲ ਜਾਣਦਾ, ਸਾਰੇ ਮੇਰੇ ਸਾਹਮਣੇ ਬੈਠੇ ਨੇ। ਮੈਂ ਕਲਾਕਾਰੀ ਦੇ ਵਿੱਚ ਤੁਸੀਂ ਮੈਨੂੰ ਕਿੰਨਾ ਪਿਆਰ ਦਿੱਤਾ, 17.5 ਸਾਲ ਦਾ ਸੀ ਮੈਂ ਉਦੋਂ। ਇੱਥੋਂ ਸੰਦੀਪ ਅਤੇ ਪ੍ਰੀਤ 2 ਬੱਸਾਂ ਚੱਲਦੀਆਂ ਹੁੰਦੀਆਂ ਸੀ, ਇੱਥੋਂ ਹੀ ਚੜ੍ਹ ਕੇ ਜਾਂਦੇ ਹੁੰਦੇ ਸਲਾਮ ਨੂੰ, ਤਾਂ ਜਾਂ ਸਿੱਧੂ ਜਾਂਦੀ ਹੁੰਦੀ ਸਾਡੇ ਪਿੰਡ ਨੂੰ 2:30 ਵਜੇ। ਇਸ ਕਰਕੇ ਮੈਂ ਇਹਨਾਂ ਪਿੰਡਾਂ 'ਚ ਪਲਿਆ ਹੋਇਆ, ਮੈਨੂੰ ਪਤਾ ਹੈ ਕਿ ਜ਼ਿੰਦਗੀ ਕਿਵੇਂ ਮਜਬੂਰੀ ਬਣ ਜਾਂਦੀ ਹੈ, ਕਿ ਪੈਸੇ ਨਹੀਂ ਹੈਗੇ, ਧੀ ਦਾ ਵਿਆਹ ਨਹੀਂ ਹੁੰਦਾ, ਕਰਜ਼ਾ ਚੱਕਣਾ ਪੈਂਦਾ। ਸੋ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਹੋਇਆ ਜੀ। ਹੁਣ ਤੱਕ 42,992 ਨੌਕਰੀਆਂ ਦੇ ਕੇ ਆ, ਤੁਹਾਡੇ ਸਾਹਮਣੇ ਖੜ੍ਹਾ ਮੈਂ। ਤੁਹਾਡੇ ਪਿੰਡਾਂ ਦੇ ਵੀ ਹੋਣਗੇ, ਮੈਨੂੰ ਮਿਲਦੇ ਹੁੰਦੇ ਕਈ, ਕੋਈ ਵੀਰ ਦਾ ਸੀ ਮੁੰਡਾ ਇੱਕ। ਹੁਣ ਪਿੰਡਾਂ ਦੇ ਵਿੱਚ ਇਹ ਕੰਪੀਟੀਸ਼ਨ ਹੈ ਕਿ ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ ਨੌਕਰੀ, ਸਾਡੇ ਪਿੰਡ ਦੇ ਨੂੰ ਇੰਨਿਆਂ ਨੂੰ ਮਿਲ ਗਈ, ਤੁਹਾਡੇ ਪਿੰਡ ਦੇ ਕਿੰਨਿਆਂ ਨੂੰ ਮਿਲ ਗਈ। ਇਹ ਪਹਿਲਾਂ ਕਿਉਂ ਨਹੀਂ ਹੋਈਆਂ ਬਈ ਨੌਕਰੀਆਂ? ਪੋਸਟਾਂ ਤਾਂ ਉਹੀ ਨੇ, ਇੱਦਾਂ ਹੀ ਬਿਜਲੀ ਦਾ। ਬਿਜਲੀ ਮੈਂ ਅਸੀਂ ਕਹਿੰਦੇ ਰਹੇ, ਕੇਜਰੀਵਾਲ ਸਾਹਿਬ ਜਦੋਂ ਮੇਰੇ ਨਾਲ ਆਉਂਦੇ ਸੀ, ਅਸੀਂ ਪ੍ਰਚਾਰ ਕਰਦੇ ਸੀ, ਅਸੀਂ ਕਹਿੰਦੇ ਸੀ ਬਿਜਲੀ ਫ੍ਰੀ ਕਰ ਦਾਂਗੇ। ਵਿਰੋਧੀ ਪਾਰਟੀਆਂ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ, ਅਸੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਕਿੱਥੋਂ ਆਉਣਗੇ, ਕਿਉਂਕਿ ਸਾਨੂੰ ਪਤਾ ਸੀ ਪੈਸੇ ਤਾਂ ਇਹਨਾਂ 'ਚੋਂ ਹੀ ਆਉਣਗੇ। ਹੁਣ ਕੱਢੀ ਜਾਂਦੇ ਨਾ ਪਹਾੜਾਂ 'ਚੋਂ ਪੈਸੇ ਨਿਕਲ ਰਹੇ ਨੇ, ਪਹਾੜਾਂ 'ਚੋਂ ਕੌਰੂ ਦੇ ਖਜ਼ਾਨੇ ਉੱਥੇ ਪਏ ਨੇ, ਪਹਾੜਾਂ 'ਚੋਂ ਨਾ ਵੱਡੇ ਵੱਡੇ ਹੋਟਲ ਬਣਾ ਲਏ, ਵੱਡੇ ਵੱਡੇ ਮਹਿਲ ਬਣਾ ਲਏ, ਔਰ ਆਪਣੀਆਂ ਪਲਾਟ ਬਣਾ ਲਏ, ਫਾਰਮ ਹਾਊਸ ਬਣਾ ਲਏ ਲੋਕਾਂ ਦੇ ਪੈਸੇ ਨਾਲ। ਹੁਣ ਕਢਾ ਰਹੇ ਹਾਂ ਪੈਸੇ, ਅਤੇ ਬਿਜਲੀ ਫ੍ਰੀ ਆ ਰਹੀ ਹੈ ਨਾ, ਫ੍ਰੀ ਆ ਰਹੀ ਹੈ ਨਾ, ਨਾਲੇ ਹਰੇਕ ਨੂੰ, ਕੋਈ ਜਿਹੜਾ ਮਰਜ਼ੀ ਘਰ ਹੈ, 600 ਯੂਨਿਟ ਹੈ, 2 ਮਹੀਨਿਆਂ ਬਾਅਦ ਬਿੱਲ ਆਉਂਦਾ ਆਪਣੇ, 590-95 ਰੱਖ ਲਓ, ਜਿਹੜਾ ਮਰਜ਼ੀ ਘਰ ਹੈ ਬਿਜਲੀ ਦਾ ਬਿੱਲ ਨਹੀਂ ਆਊਗਾ। ਅਤੇ ਇਹੀ ਖੇਤਾਂ ਵਾਲੀ ਦਾ ਮੈਂ ਕਿਹਾ ਸੀ ਝਮੱਕਾ ਨਹੀਂ ਮਾਰਨ ਦੇਵਾਂਗੇ, ਬਿਜਲੀ ਖੇਤਾਂ ਵਾਲੀ ਆਮ ਆਉਂਦੀ ਹੈ ਨਾ, ਖੇਤਾਂ ਵਾਲੀ। ਅਤੇ ਨਾਲੇ ਹੋਰ ਹੈ, ਬਿਜਲੀ ਬੋਰਡ ਫਾਇਦੇ 'ਚ ਹੈ, ਅਤੇ ਐਤਕੀ ਪਹਿਲੀ ਵਾਰ ਹੋਇਆ, ਪੁਰਾਣਾ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਸਰਕਾਰ ਆਉਂਦੀ ਸੀ, ਸਰਕਾਰੀ ਅਦਾਰਿਆਂ ਨੂੰ ਘਾਟੇ 'ਚ ਦਿਖਾ ਕੇ ਪ੍ਰਾਈਵੇਟ ਮਿੱਤਰਾਂ ਦੋਸਤਾਂ ਨੂੰ ਵੇਚ ਦਿੰਦੀ ਸੀ, ਪਹਿਲੀ ਵਾਰ ਹੋਇਆ। ਪੰਜਾਬ ਨੇ ਉਲਟੀ ਗੰਗਾ ਬਹਾਈ ਹੈ, ਗੋਇੰਦਵਾਲ ਵਾਲਾ ਜੀ ਵੀ ਕੇ
ਜਿਹੜਾ ਥਰਮਲ ਪਲਾਂਟ ਸੀ ਉਹਦਾ ਨਾਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਅਤੇ ਉਹਨੂੰ ਅਸੀਂ 1080 ਕਰੋੜ ਰੁਪਏ 'ਚ ਖਰੀਦ ਲਿਆ 540 ਮੈਗਾਵਾਟ ਵਾਲਾ। ਕਿਉਂਕਿ ਕੋਲਾ ਸਾਡੇ ਕੋਲ ਹੈਗਾ ਆਪਣਾ, ਕੋਲੇ ਦੀ ਖਾਨ ਚਲਾ ਲਈ ਅਸੀਂ, ਕੋਲੇ ਦੀ ਖਾਨ ਅਸੀਂ ਚਲਾ ਲਈ। ਇੰਨਾ ਕੋਲਾ ਕਿ ਸਾਨੂੰ ਕਈ ਵਾਰੀ ਬੰਦ ਕਰਨਾ ਪੈਂਦਾ ਕਿ 2 ਦਿਨ 10 ਦਿਨ ਰੁਕ ਜਾਓ। ਪਹਿਲਾਂ ਆਪਾਂ ਕੀ ਖਬਰਾਂ ਸੁਣਦੇ ਹੁੰਦੇ ਸੀ, ਫਲਾਨੇ ਥਰਮਲ ਪਲਾਂਟ ਕੋਲ 2 ਦਿਨ ਦਾ ਕੋਲਾ, ਪੰਜਾਬ ਸ਼ਾਸਕ ਦਾ ਹਨੇਰਾ, ਫਲਾਨੇ ਥਰਮਲ ਪਲਾਂਟ ਕੋਲ ਸਿਰਫ 3 ਦਿਨ ਦਾ ਕੋਲਾ ਬਚਿਆ, ਪੰਜਾਬ 'ਚ ਮੱਚ ਸਕਦੀ ਹਾਹਾਕਾਰ। ਹੁਣ ਕਦੇ ਖਬਰ ਲੱਗੀ ਹੈ? ਨਾਲੇ ਤਾਂ ਬਿਜਲੀ, ਇੱਕ ਮਿੰਟ ਮੈਂ ਬੇਨਤੀ ਕਰੂੰਗਾ, ਇੱਕ ਮਿੰਟ, ਇਹ ਖਾਣ ਪੀਣ ਦਾ ਨਾ, ਹੈਲੋ, ਇਹ ਬਾਅਦ 'ਚ ਕਰ ਦਿਓ ਜੀ, ਇਹ ਬਾਅਦ 'ਚ ਕਰ ਲਿਓ, ਬਾਅਦ 'ਚ ਕਰ ਲਿਓ, ਫਿਰ ਕੰਸੈਂਟਰੇਸ਼ਨ ਭੰਗ ਹੋ ਜਾਂਦੀ ਹੈ। ਸੋ ਇਹ ਬਿਜਲੀ ਖੇਤਾਂ 'ਚ, ਮੈਂ ਉਹਨਾਂ ਨੂੰ ਬੁਲਾਇਆ ਅਫਸਰਾਂ ਨੂੰ, ਮੈਂ ਕਿਹਾ ਵੀ ਤੁਹਾਨੂੰ ਕੀ ਨਹੀਂ ਕਹਿਤਾ ਇਹ ਵੀ 8 ਘੰਟਿਆਂ 'ਚ ਜਿਹੜੀ ਜੀਰੀ ਆ ਉਹਨੂੰ ਪਾਣੀ ਲੱਗ ਜਾਂਦਾ ਬਸ? ਕਹਿੰਦੇ ਜੀ ਕਿਆ ਮਤਲਬ? ਮੈਂ ਕਿਹਾ ਵੀ 8 ਘੰਟੇ ਕਿਹਨੇ ਬਣਾਏ ਨੇ ਇਹ ਵੀ 8 ਘੰਟਿਆਂ 'ਚ ਰਮ ਜਾਂਦੀ ਹੈ? 8:30 ਕਿਉਂ ਨਹੀਂ ਕਰਿਆ, 7:30 ਕਿਉਂ ਨਹੀਂ ਕਰਿਆ? ਕਹਿੰਦੇ ਜੀ ਇਹ ਸੈਕਟਰੀ ਲੈਵਲ ਕੀ ਮੀਟਿੰਗ ਮੇਂ ਫੈਸਲਾ ਹੋਆ ਥਾ, ਸੈਕਟਰੀ ਲੈਵਲ ਪੇ ਮੀਟਿੰਗ ਹੋਈ ਥੀ। ਅੱਛਾ, ਮੈਂ ਕਦੀ ਨੱਕਾ ਲੈਵਲ ਪੇ ਮੀਟਿੰਗ ਹੋਈ ਹੈ? ਕਹਿੰਦੇ ਯੇ ਕਿਆ ਹੋਤਾ ਜੀ, ਯੇ ਕਿਆ ਹੋਤਾ ਨਾਕਾ ਲੈਵਲ? ਮੈਂ ਕਿਹਾ ਨਾਕਾ ਨਹੀਂ, ਨੱਕਾ, ਨੱਕਾ ਲੈਵਲ ਪੇ ਮੀਟਿੰਗ ਹੋਈ ਹੈ? ਕਹਿੰਦੇ ਨਹੀਂ ਅਭੀ ਨੂੰ। ਮੈਂ ਕਦੇ ਉੱਥੇ ਚੱਲਾਂਗੇ। ਮੈਂ ਕਿਹਾ ਨੱਕਾ ਹੁੰਦਾ ਜਦੋਂ ਕਿਆਰੇ 'ਚ ਪਾਣੀ ਛੱਡਣਾ, ਉਹ ਨੱਕਾ ਲਾਇਆ ਹੋਇਆ, ਉੱਥੋਂ ਪਤਾ ਲੱਗਦਾ ਕਿੰਨੇ ਘੰਟਿਆਂ 'ਚ ਝੋਨੇ ਵਾਲਾ ਕਿਆਰਾ ਭਰਦਾ। ਚੱਕ ਕੇ 8 ਘੰਟੇ, ਉਹ ਵੀ 2 ਘੰਟਿਆਂ ਬਾਅਦ ਕੱਟ ਲਾ ਤਾ, ਘੰਟੇ ਬਾਅਦ ਫਿਰ ਉਹ ਜਿਹੜਾ ਕਿਆਰਾ ਅੱਧਾ ਰਹਿ ਗਿਆ ਫਿਰ ਉਹਨੂੰ ਭਰਨਾ ਪਊਗਾ। ਮੈਂ ਕਿਹਾ ਤੁਹਾਨੂੰ ਤਾਂ ਪਤਾ ਹੀ ਨਹੀਂ ਯਾਰ, ਤੁਸੀਂ ਤਾਂ ਇੱਥੇ ਏਸੀਆਂ 'ਚ ਬੈਠੇ। ਕਹਿੰਦੇ ਕਿਆ? ਮੈਂ ਕਿਹਾ ਹੱਲ ਦੱਸਦਾ ਤੁਹਾਨੂੰ ਮੈਂ, ਤੁਸੀਂ 11 ਘੰਟੇ ਦਿਓ ਲਗਾਤਾਰ ਲਗਾਤਾਰ। ਕੋਈ ਵੀ ਕਿਸਾਨ ਹੈ ਪਾਗਲ ਨਹੀਂ ਹੈਗਾ ਕਿ ਉਹ ਪੱਟਾਂ ਤੋੜ ਲੂ ਆਪਦੀਆਂ ਕਿ ਬਿਜਲੀ ਆਈ ਹੋਈ ਹੈ ਚਲੋ ਪੱਟਾਂ ਦੇ ਉੱਤੋਂ ਦੀ ਪਾਣੀ ਪਾ ਦਈਏ। ਪੋਚਣੀਆਂ ਤਾਂ ਉਸੇ ਨੂੰ ਪੈਣਗੀਆਂ, ਉਹ 9 ਜਾਂ 9.5 ਘੰਟਿਆਂ ਬਾਅਦ, ਵੱਧ 10 ਘੰਟਿਆਂ ਬਾਅਦ ਬੰਦ ਕਰ ਦਿਓ ਮੋਟਰ ਆਪਣੀ, ਅਗਲੇ ਦਿਨ ਫਿਰ 11 ਦੇ ਦਿਓ। ਠੀਕ ਹੈ, ਕਹਿੰਦੇ ਅਗਲੇ ਦਿਨ ਫਿਰ 11 ਦੇ ਦਿਓ। 3 ਦਿਨਾਂ 'ਚ ਕਿੰਨੀ ਦਿਓਗੇ? 33 ਘੰਟੇ। ਊਂ 3 ਦਿਨਾਂ 'ਚ ਕਿੰਨੀ ਦਿੰਦੇ ਹੋ? 4 ਦਿਨਾਂ 'ਚ 32 ਘੰਟੇ, 4 ਦਿਨਾਂ 'ਚ। ਮੈਂ ਕਿਹਾ ਤੁਸੀਂ 4 ਦਿਨ 32 ਘੰਟੇ ਦੀ ਬਜਾਏ 3 ਦਿਨ 'ਚ 33 ਦਿਓ, ਅਗਲੇ 3 ਦਿਨ ਉਹ ਪਾਣੀ ਲਾਉਣ ਵਾਲੀ, ਕਿਉਂਕਿ ਭਰ ਗਈ ਉਹਦੀ, ਉਹਨੇ ਕਿੱਧਰ ਪਾਣੀ ਸੁੱਟਣਾ? ਉਹ ਕਹਿੰਦਾ ਹਜੇ ਤਾਂ ਹੈਗਾ ਪਾਣੀ, ਲਾਉਣ ਦੀ ਲੋੜ ਨਹੀਂ। ਮੈਂ ਕਿਹਾ ਅਗਲੇ ਦਿਨ ਉਹਨੇ ਮੋਟਰ ਨਹੀਂ ਚਲਾਉਣੀ। ਟੋਟਲ ਹਫ਼ਤਾ ਲੱਗ ਗਿਆ, ਹਫ਼ਤੇ 'ਚ ਤੁਸੀਂ 8 ਘੰਟੇ ਵਾਲੇ ਸਿਸਟਮ 'ਚ ਕਿੰਨੇ ਘੰਟੇ ਦਿੱਤੀ? 8 × 7 = 56 ਘੰਟੇ। ਮੈਂ ਤੁਹਾਨੂੰ ਕਹਿ ਰਿਹਾ 3 ਦਿਨਾਂ 'ਚ 33 ਦੇ ਦਿਓ। ਕਿੰਨੇ ਘੰਟੇ ਬਚ ਗਏ? 23 ਘੰਟੇ ਬਿਜਲੀ ਬਚ ਗਈ ਜੀ। ਮੈਂ ਕਿਹਾ ਨਾਲੇ ਉਹ ਖੁਸ਼ ਵੀ ਯਾਰ ਮੈਨੂੰ ਵਾਰ ਵਾਰ ਨਹੀਂ ਆਉਣਾ ਪੈਂਦਾ ਜਾਂ ਮੈਨੂੰ ਕੋਈ ਹੁਣ ਲਾਉਣਾ ਨਹੀਂ ਪੈਂਦਾ ਆਟੋਮੈਟਿਕ ਚਲਾਉਣ ਵਾਲਾ। ਕਹਿੰਦੇ ਠੀਕ ਹੈ ਜੀ, ਇਹੀ ਤਰੀਕਾ ਅਪਣਾਇਆ ਜਾਂਦੀ ਹੈ। ਫਿਰ ਹੁਣ ਆਪ ਬੰਦ ਕਰਕੇ ਆਉਂਦੇ ਹੋ ਨਾ, ਅਤੇ ਉਹੀ ਤਾਰਾਂ ਨੇ, ਉਹੀ ਜੈਂਪਰ ਨੇ, ਉਹੀ ਟਰਾਂਸਫਾਰਮਰ ਨੇ, ਉਹੀ ਗ੍ਰਿੱਡ ਨੇ, ਹੁਣ ਕਿਵੇਂ ਆਉਣ ਲੱਗ ਗਈ ਜੀ? ਫਿਰ ਉਹ ਪਹਿਲਾਂ ਵਾਲਿਆਂ ਦੀ ਨੀਅਤ ਸਾਫ਼ ਨਹੀਂ ਸੀ, ਨਾ ਨੀਤੀ ਸਾਫ਼ ਸੀ ਨਾ ਨੀਅਤ ਸਾਫ਼ ਸੀ। ਸੋ ਬਿਜਲੀ ਦਾ ਕਰਤਾ ਜੀ, ਤੀਰਥ ਯਾਤਰਾ ਸ਼ੁਰੂ ਕਰ ਰੱਖੀ ਹੈ, ਜਿੱਥੇ ਜਾਓ ਬਜ਼ੁਰਗਾਂ ਨੂੰ ਲੈ ਕੇ ਜਾਣਾ, ਜਿੱਥੇ ਮੱਥਾ ਟੇਕਣ, ਜਿੱਥੇ ਸੰਤੁਸ਼ਟੀ ਮਿਲਦੀ ਹੈ ਜਾਓ।
ਕਈ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਤਮੰਨਾ ਹੀ ਲੈ ਕੇ ਤੁਰ ਜਾਂਦੇ ਨੇ ਕਿ ਮੈਂ ਇੱਥੇ ਜਾਣਾ ਸੀ ਪਰ ਮੇਰੇ ਕੋਲ ਸਾਧਨ ਨਹੀਂ ਹੈਗਾ। ਜਾਓ, ਭਾਵੇਂ ਕੇਂਦਰ ਸਰਕਾਰ ਅੜਕੇ ਪਾਉਂਦੀ ਹੈ ਪਰ ਕੋਈ ਗੱਲ ਨਹੀਂ, ਪੰਜਾਬ ਸਰਕਾਰ ਹੈਗੀ ਹੈ। ਇਸ ਕੰਮ ਵਾਸਤੇ ਅਸੀਂ ਕਦੇ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ। ਫਿਰ ਨੌਕਰੀਆਂ ਦਿੱਤੀਆਂ, ਬਿਜਲੀ ਹੋ ਗਈ, ਹੁਣ ਕੱਸੀਆਂ ਦਾ ਪਾਣੀ 'ਤੇ ਲੱਗਿਆ ਹੋਣਾ। ਜਿਹੜੀਆਂ ਪੁਰਾਣੀਆਂ ਕੱਸੀਆਂ ਬੰਦ ਹੋ ਗਈਆਂ ਜਾਂ ਲੋਕਾਂ ਨੇ ਵਾਹ ਲਈਆਂ, ਅਸੀਂ ਹੁਣ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਕੋਈ ਗੱਲ ਨਹੀਂ ਜੇ ਵਾਹ ਲਈਆਂ ਕਿੱਡੀ, ਕਿਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇੱਦਾਂ ਕਰਦੇ ਹਾਂ ਵੀ ਸਾਰਾ ਉਹ ਜਿੱਥੋਂ ਜਿੱਥੋਂ ਦੀ ਕੱਸੀ ਜਾਂਦੀ ਹੈ ਉਹ ਥੱਲੇ ਪਾਈ ਪਾ ਲੈਣ ਦਿਉ, ਤੁਸੀਂ ਵੀ ਆਪਦਾ ਰੱਖ ਲਓ ਪੁਆਇੰਟ ਉੱਥੇ। ਅਤੇ ਹੁਣ ਵੀਡੀਓ ਆਉਂਦੀਆਂ ਨੇ ਜਿਹੜੀਆਂ ਤੁਸੀਂ ਦੇਖੀਆਂ ਹੋਣੀਆਂ ਕਿ ਜੀ 25 ਸਾਲਾਂ ਬਾਅਦ ਸਾਡੇ ਪਿੰਡ ਦੁਬਾਰੇ ਪਾਣੀ ਦੇਖਿਆ, ਕੋਈ ਕਹਿੰਦਾ 30 ਸਾਲਾਂ ਬਾਅਦ ਦੁਬਾਰੇ ਪਾਣੀ ਆਇਆ ਜੀ, ਅਸੀਂ ਨਹਿਰਾਂ ਆ ਸ਼ੇਰੋਂ ਵਾਲਾ ਜਰਜਵਾਹਾ ਆ ਜਿਹੜਾ ਸੂਆ ਕਹਿੰਦੇ ਹਾਂ ਪਾਂ ਜਾਂਦਾ ਚੀਮਾ ਵਿੱਚ ਦੀ, ਠੀਕ ਹੈ ਨਾ, ਸਕੂਲ ਦੇ ਮਗਲੇ ਪਾਸੇ ਦੀ ਲੰਘਦਾ ਹੈ ਇੱਧਰੋਂ ਸਤਪਾਲ ਹੋਰਾਂ ਦੀ ਦੁਕਾਨ ਕੋਲ ਦੀ ਘੜੀਆਂ ਵਾਲੇ ਉਹ ਸਟੂਡੀਓ ਜਿਹੜਾ ਹੈ ਫੋਟੋ ਵਾਲਾ, ਹਾਂ ਉੱਥੇ ਪਰਲੇ ਪਾਸੇ ਸਾਡੇ ਪਿੰਡ ਵਾਲਿਆਂ ਦੀ ਦੁਕਾਨ ਹੈ, ਪਰਲੇ ਪਾਸੇ ਟਰਾਲੀਆਂ ਬਣਾਉਂਦੇ ਆ, ਉੱਥੋਂ ਦੀ ਲੰਘਦਾ। ਇਹਨੂੰ ਵੀ ਦੇਖਿਓ ਤੁਸੀਂ, ਹੁਣ ਪਾਣੀ ਦੇਖਿਆ ਸੀ ਪਹਿਲਾਂ 'ਚ ਕਦੇ ਬੰਦ ਹੀ ਹੋ ਗਿਆ ਸੀ, ਹੁਣ ਇਹਦੇ ਵੀ ਪਾਣੀ ਆਊਗਾ। ਨਾਲੇ ਇਹ ਪਾਣੀ ਜਿਹੜਾ ਨਾ ਜਿਹੜਾ ਨਹਿਰ ਦਾ ਪਾਣੀ ਹੈ ਉਹ 'ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੇ ਆ ਅਤੇ ਫਸਲ ਵੀ ਬੰਪਰ ਹੁੰਦੀ ਹੈ, ਫਿਰ ਨਾਲੇ ਅੱਧੇ ਘੰਟੇ 'ਚ ਕਿੱਲਾ ਭਰਦਾ ਉਹ ਪਾਣੀ ਆਊਗਾ। ਇੰਨਾ ਪਾਣੀ ਆਊਗਾ ਤਾਂ ਟਿਊਬਵੈੱਲ ਬੰਦ ਹੋਣਗੇ, ਟਿਊਬਵੈੱਲ ਬੰਦ ਹੋਣਗੇ ਧਰਤੀ ਦਾ ਪਾਣੀ ਉੱਪਰ ਆਊਗਾ। ਅਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਆ ਉਹਦੇ 'ਚ ਜਿਹੜੀ 550 ਸਾਲ ਪਹਿਲਾਂ ਗੱਲ ਲਿਖੀ ਹੋਈ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਹ ਵੀ ਬਚਾ ਲਾਂਗੇ ਤਿੰਨੇ, ਪਵਨ ਪਾਣੀ ਅਤੇ ਧਰਤੀ, ਇਹ ਤਿੰਨੇ ਇਹ ਵੀ ਬਚਾ ਲਾਂਗੇ। ਪੁੰਨ ਵੀ ਨਾਲ ਨਾਲ ਲੱਗੂਗਾ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਤਾਂ ਛੱਡ ਕੇ ਜਾਈਏ। ਇਹ ਹੋ ਗਿਆ, ਮੰਡੀਆਂ 'ਚ ਕਹਿਤਾ ਕੋਈ ਲੇਬਰ ਦੀ ਪ੍ਰੋਬਲਮ ਨਹੀਂ ਆਊ, ਕੋਈ ਟਰਾਂਸਪੋਰਟ ਦੀ ਪ੍ਰੋਬਲਮ ਨਹੀਂ ਆਊ, ਤੁਹਾਡਾ ਡਾਲਾ ਖੁੱਲਿਆ ਨਾਲ ਦੀ ਨਾਲ ਕੰਡੇ 'ਤੇ, ਚਲੋ ਜੀ ਤੁਸੀਂ ਘਰੇ ਗਏ ਰਾਤ ਨੂੰ, ਘਰੇ ਗਏ 3 ਟਰਾਲੀਆਂ ਲਾ ਕੇ, ਅਗਲੇ ਦਿਨ ਨੂੰ ਉੱਠੇ ਪੈਸੇ ਤੁਹਾਡੇ ਖਾਤੇ 'ਚ, DBT ਪਹਿਲਾਂ ਹੀ ਲੈ ਲੈਂਦੇ ਅਸੀਂ ਸੈਂਟਰ ਤੋਂ। ਵੀ ਮੈਂ ਥੋੜ੍ਹਾ ਜਿਹਾ ਉਹਨਾਂ ਨੂੰ ਦੂਜੇ ਲੋਟ ਵੀ ਕਹਿ ਦਿੰਦਾ ਵੀ ਪੈਸੇ ਦੇ ਦਿਉ ਸਾਨੂੰ ਪਹਿਲਾਂ ਹੀ, ਨਹੀਂ ਤਾਂ ਫਿਰ ਮੈਂ ਤਾਂ ਬੰਗਾਲ ਨਾਲ ਸਿੱਧਾ ਕਰੂੰ, ਮੈਂ ਤਾਂ ਉੱਥੇ ਦਿਉਂ। ਉਹ ਡਰ ਜਾਂਦੇ ਨੇ ਵੀ ਕਿਤੇ ਉੱਧਰ ਹੀ ਨਾ ਚੱਲ ਜਾਏ, ਅਸੀਂ ਕਿੱਥੋਂ ਦੇਵਾਂਗੇ ਫਿਰ ਜਿਹੜਾ ਮੁਫਤ ਰਾਸ਼ਨ ਦੇਣਾ ਹੁੰਦਾ। ਮੈਂ ਮੇਰੀ ਤਾਂ ਕੇਰਲਾ ਨਾਲ ਗੱਲ ਚੱਲਦੀ ਹੈ, ਉਹਦੀ ਕਹਿੰਦੇ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਸਰ, ਇਹ ਕੰਮ ਤਰੀਕ ਕੰਮ ਕਰਾਉਣ ਦੇ ਤਰੀਕੇ ਨੇ, ਮੇਰੇ ਲੋਕਾਂ ਦਾ ਫਾਇਦਾ ਹੋਵੇ ਮੈਨੂੰ ਕੀ ਪ੍ਰੋਬਲਮ ਹੈ। ਪਾਰਲੀਮੈਂਟ 'ਚ ਪਹਿਲਾਂ ਮੈਂ ਕੀ ਕਰਦਾ ਸੀ, ਮੈਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਬੋਲਦਾ ਹੁੰਦਾ ਸੀ, ਠੀਕ ਹੈ ਨਾ, ਉਹ ਸਾਰਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੋਲਦਾ ਬਹੁਤ ਹੈ, ਬੇਇੱਜ਼ਤੀ ਬਹੁਤ ਕਰ ਦਿੰਦਾ ਇਹਦਾ ਮਹਿਕਮੇ ਦੀ। ਅਤੇ ਜਦੋਂ ਮੈਂ ਕੋਈ ਕੰਮ ਜਾਂਦਾ ਸੀ ਕਿਸੇ ਮੰਤਰੀ ਕੋਲ, ਉਹ BJP ਵਾਲਿਆਂ ਨੂੰ ਕਹਿੰਦੇ ਸੀ ਪਰਾਂ ਹੋ ਜਾਓ ਉਹਨੂੰ ਆ ਲੈਣ ਦਿਉ, ਹਾਂਜੀ ਆਈਏ ਮਾਨ ਸਾਹਿਬ ਮੈਂ ਆਹ ਕੰਮ ਹੈ ਕਰਕੇ ਕੰਮ, ਮੈਨੂੰ ਕਹਿੰਦੇ ਸੀ ਥੋੜ੍ਹਾ ਪਾਰਲੀਮੈਂਟ ਮੈਂ ਮੇਰੇ 'ਤੇ ਥੋੜ੍ਹਾ ਖਿਆਲ ਰੱਖਣਾ, ਮੇਰੇ ਬਾਰੇ ਮੈਂ ਕੁਛ ਨਹੀਂ ਬੋਲਣਾ। ਮੈਂ ਕਿਹਾ ਜੀ ਮੈਨੂੰ ਕੀ ਲੋੜ ਹੈ ਬੋਲਣ ਦੀ, ਜੋਗਾ ਕੰਮ ਹੀ ਬਿਨਾਂ ਬੋਲੇ ਹੋ ਗਿਆ, ਸੋ ਆਪਾਂ ਨੂੰ ਵੀ ਲੋੜ ਹੈ ਵੀ ਜੇ ਕੰਮ ਹੋ ਜੇ, ਠੀਕ ਹੈ ਨਾ। ਸੋ ਇਸ ਕਰਕੇ ਕੋਈ ਇਹੋ ਜਿਹਾ ਫੀਲਡ ਨਹੀਂ ਹੈਗਾ ਜਿਹ 'ਚ ਪੰਜਾਬ ਸਰਕਾਰ ਕੰਮ ਨਾ ਕਰ ਰਹੀ ਹੋਵੇ। ਤੁਹਾਡੀ ਸਰਕਾਰ ਹੈ ਨਾ, ਪੰਜਾਬ ਸਰਕਾਰ ਹੈ, ਪੰਜਾਬੀਆਂ ਦੀ ਸਰਕਾਰ ਹੈ। ਸੋ ਇਹ ਪਿੰਡ 'ਚ, ਇਸ ਪਿੰਡ 'ਚ ਆਉਣਾ ਮੇਰੇ ਲਈ ਕੋਈ, ਮੈਂ ਮਹਿਮਾਨ ਬਣ ਕੇ ਨਹੀਂ ਆਇਆ ਇਸ ਇਹਨਾਂ ਪਿੰਡਾਂ 'ਚ ਹੀ ਸਾਡੀਆਂ ਰਿਸ਼ਤੇਦਾਰੀਆਂ ਦੋਸਤ ਮਿੱਤਰ ਇੱਥੇ ਨੇ। ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉੱਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ,
ਮਜ਼ਾਕ ਉਡਾਉਂਦੇ ਸੀ ਅਕਾਲੀ ਦਲ ਵਾਲੇ ਮਜੀਠੀ ਹੋਰੀ, ਉਹ ਲੈ ਉੱਧਰੋਂ ਆਉਣਗੇ, ਆ ਰਹੇ ਨੇ ਨਾ ਹੁਣ, ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ, ਕੋਈ ਇੱਥੋਂ ਕਹਿੰਦਾ, ਕਹਿੰਦਾ ਮੈਂ ਜਾਣਾ ਸੀ ਕੈਨੇਡਾ, ਬਾਪੂ ਨੇ ਕਰਜ਼ੇ ਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ, ਪਰ ਅਚਾਨਕ ਇੱਕ ਚਿੱਠੀ ਆ ਗਈ, ਤੂੰ ਬਿਜਲੀ ਬੋਰਡ 'ਚ ਐਸ ਡੀ ਓ ਲੱਗ ਗਿਆ, ਕਹਿੰਦਾ ਕੈਨੇਡਾ ਜਾਣਾ ਕੈਂਸਲ, ਮੈਂ ਇੱਥੇ ਕੰਮ ਕਰੂੰਗਾ ਜੀ, ਜੇ ਇੱਥੇ ਕੰਮ ਮਿਲ ਜੇ। ਬਹੁਤ ਸਾਰੇ ਮੁੰਡੇ ਉੱਥੇ ਬੋਲਦੇ ਨੇ, ਹੈਂ ਜੀ ਕੈਨੇਡਾ ਤੋਂ ਇੱਕ ਮਹੀਨੇ ਬਾਅਦ ਤੁਹਾਡੀ ਮਾਸੀ ਦੀ ਕੁੜੀ ਮੁੜਿਆਈ, ਇੱਥੇ ਕੰਮ ਕਰੋ, ਹਾਂ ਪੇਪਰ ਦਿਓ, ਪੜ੍ਹੋ, ਪੇਪਰ ਦੇ ਦਿਓ, 650 ਨੰਬਰ ਦਾ ਪੇਪਰ ਹੈ, ਤੁਹਾਡੇ 600 ਨੰਬਰ ਆ ਗਏ, ਐ ਨਹੀਂ ਹੋ ਸਕਦਾ ਕਿ 500 ਨੰਬਰ ਵਾਲੇ ਨੂੰ ਨੌਕਰੀ ਮਿਲ ਗਈ, 600 ਵਾਲਾ ਰਹਿ ਗਿਆ, ਕਿਉਂਕਿ 500 ਵਾਲੇ ਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਮਿਲ ਜਾਣਦਾ ਸੀ ਜਾਂ ਫਿਰ 500 ਵਾਲੇ ਦੇ ਬਾਪੂ ਕੋਲ ਪੈਸੇ ਸੀ, ਇਹ ਨਹੀਂ ਹੋ ਸਕਦਾ। ਨੰਬਰ ਜਿਹਦੇ ਆਉਣਗੇ ਮੈਰਿਟ ਦੇ ਆਧਾਰ 'ਤੇ ਨੌਕਰੀ ਮਿਲੂਗੀ, ਭਾਵੇਂ ਇੱਕ ਪਰਿਵਾਰ 'ਚ ਦੋ ਹੋਣ, ਦੋ ਲੈ ਲਓ, ਔਰ ਮਿਲ ਵੀ ਰਹੀ ਹੈ। ਬਹੁਤ ਸਾਰੇ ਇਲਾਕਿਆਂ 'ਚ ਜਿਹੜਾ ਪਿੰਡਾਂ 'ਚੋਂ ਮੈਨੂੰ ਫੋਨ ਆਉਂਦੇ ਨੇ ਕਿ ਕੜਾਹੀ ਚੜ੍ਹੀ ਹੋਈ ਹੈ ਜੀ, ਅੱਜ ਮਿਲ ਗਈ ਨੌਕਰੀ, ਸੋ ਬਹੁਤ ਵੱਡੀ ਗੱਲ ਹੈ ਜੀ। ਪਹਿਲਾਂ ਕਿਉਂ ਨਹੀਂ ਦਿੰਦੇ ਸੀ ਇਹ, ਪਹਿਲਾਂ ਨੀਅਤ ਸਾਫ਼ ਨਹੀਂ, ਪਹਿਲਾਂ ਆਪਣੇ ਪਰਿਵਾਰਾਂ ਨੂੰ ਪਾਲਣ 'ਤੇ ਲੱਗੇ ਸੀ, ਮੈਂ ਪੰਜਾਬ ਪਾਲਣ 'ਤੇ ਲੱਗਿਆ, ਫਰਕ ਇੰਨਾ ਕੁ ਹੈ। ਆ ਹੁਣ ਦੇਖ ਲਓ, ਹੁਣ ਵੋਟਾਂ ਆਉਣਗੀਆਂ, ਦੇਣ ਲੱਗ ਗਏ ਨਾ ਲੋਲੀਪੋਪ, ਮੋਦੀ ਨੇ ਕੱਲ੍ਹ ਕਹਿੰਦਾ ਵੀ 100 ਰੁਪਇਆ ਕਟਾ ਤਾ ਸਿਲੰਡਰ, ਪਹਿਲਾਂ ਵਧਾਇਆ ਕੀ ਨਹੀਂ ਸੀ, ਇਹ ਤਾਂ ਪੁੱਛੋ, ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 250-300 ਦਾ ਹੁੰਦਾ ਸੀ, ਆ ਨਾਲ ਹੀ ਤਾਂ ਹੈਗੇ, ਇੱਥੇ ਇੱਥੋਂ ਤਾਂ ਭਰਾ ਕੇ ਲੱਗ ਜਾਂਦੇ ਸੀ, ਜਿਹੜੀ ਐਂ ਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ, ਵਧਾ ਕੇ ਉਹ 'ਚੋਂ 100 ਘਟਾ ਲਿਆ, ਬੜਾ ਕਹਿੰਦੇ ਵੀ ਕਮਾਲ ਕਰਤੀ, ਕਮਾਲ ਕਰ, ਮੀਡੀਆ ਵਾਲੇ ਵੀ ਲੱਗ ਰਹੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ, ਉਹ ਕਾਹਦਾ ਮਾਸਟਰ ਸਟ੍ਰੋਕ, ਮੈਂ ਕਿਹਾ ਤਾਂ ਉਹ ਗੱਲ ਹੋ ਗਈ, ਆਹ ਗੱਲ ਸੁਣ ਲਿਓ ਮੇਰੀ, ਭਗਵੰਤ ਮਾਨ ਆਇਆ ਚੀਮੇ ਕਹਿ ਕੇ ਗਿਆ ਸੀ, ਕਿਸੇ ਪਰਿਵਾਰ 'ਚ ਨਾ ਕੁੜੀ ਦਾ ਵਿਆਹ ਸੀ, ਪਰਿਵਾਰ ਚੰਗਾ ਸੀ, ਇਹ ਲੋਲੀਪੋਪ ਕਿਵੇਂ ਦਿੰਦੇ ਨੇ ਅਤੇ ਆਪਾਂ ਕਿਵੇਂ ਗੱਲਾਂ 'ਚ ਆ ਜਾਂਦੇ ਹਾਂ, ਇਹ ਸੁਣ ਲਿਓ, ਪਰਿਵਾਰ ਚੰਗਾ ਸੀ, ਕਹਿੰਦੇ ਧੂਮਧਾਮ ਨਾਲ ਕਰਾਂਗੇ ਵਿਆਹ, ਵਧੀਆ ਜ਼ਿਮੀਂਦਾਰਾਂ ਦਾ ਪਰਿਵਾਰ ਸੀ, ਉਹਨਾਂ ਨੇ ਕਰ ਲਏ ਇਕੱਠੇ ਕੁੜੀ ਨੂੰ ਦੇਣ ਵਾਸਤੇ, ਸੋਨੇ ਦੇ ਗਹਿਣੇ, ਚਾਂਦੀ ਦੀਆਂ ਝਾਂਜਰਾਂ, ਬੱਚੇ ਸੋਫਾ ਸੈੱਟ ਸ਼ਾਨਦਾਰ, ਹੋਰ ਅਲਮਾਰੀਆਂ, ਬਹੁਤ ਲੱਖਾਂ ਰੁਪਈਆਂ ਦਾ ਸਮਾਨ ਇਕੱਠਾ ਕਰ ਲਿਆ। ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰ ਅੱਜ ਸਮਾਨ ਹੈ, ਬਰਾਤ ਕੱਲ੍ਹ ਨੂੰ ਆਉਣੀ ਸੀ, ਅਜੇ ਰਾਤ ਨੂੰ ਡਾਕੂ ਆਏ, ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ 'ਚ ਬੰਦ ਕਰਤਾ, ਬਾਹਰੋਂ ਕੁੰਡੀ ਲਾ ਦਿੱਤੀ, ਟਰੱਕ ਲਿਆਏ ਸੀ, ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ, ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਉਂਦੇ ਸੀ ਬੈਡ ਬੁੱਡ ਸਭ ਟਰੱਕ 'ਚ ਲੱਦ ਲਏ, ਤੁਰਨ ਤੋਂ ਪਹਿਲਾਂ ਡਾਲਾ ਬੰਦ ਕਰਕੇ, ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ, ਕੁੜੀ ਵਾਲਿਆਂ ਦਾ ਪਰਿਵਾਰ ਕਿਹੜੇ ਕਮਰੇ 'ਚ ਬੰਦ ਹੈ, ਉਹ ਕਹਿੰਦੇ ਜੀ ਇੱਧਰ ਬੰਦ ਹੈ, ਖੋਲੋ, ਕਹਿੰਦੇ ਇਹਨੂੰ ਖੋਲਿਆ, ਅੰਦਰ ਗਿਆ, ਡਰੇ ਬੈਠੇ ਸੀ ਕੁੜੀ ਵਾਲੇ, ਕਹਿੰਦਾ ਕਿਹੜੀ ਕੁੜੀ ਦਾ ਵਿਆਹ, ਕੁੜੀ ਡਰਦੀ ਡਰਦੀ ਖੜੀ ਹੋ ਗਈ, ਜੀ ਮੇਰਾ, ਡਾਕੂ ਨੇ ਜੇਬ 'ਚ ਹੱਥ ਪਾਇਆ, 100 ਰੁਪਇਆ ਸ਼ਗਨ ਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ, ਪਰਿਵਾਰ 'ਚ ਤੰਦਰੁਸਤੀਆਂ ਬਣੀਆਂ ਰਹਿਣ, ਬਹੁਤ ਮੁਬਾਰਕਾਂ, ਠੀਕ ਹੈ ਜੀ, ਚਲੇ ਗਏ ਲੁੱਟ ਕੇ। ਅਗਲੇ ਦਿਨ ਪੁਲਿਸ ਆਈ, ਇੱਕ ਕੁੜੀ ਵਾਲੇ ਦੇ ਪਰਿਵਾਰ 'ਚੋਂ ਇੱਕ ਬੰਦਾ ਨਾ FIR ਲਿਖਾਉਣ ਨੂੰ ਤਿਆਰ, ਡਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ, ਕਹਿੰਦੇ ਜੀ ਜੋ ਮਰਜ਼ੀ ਲੁੱਟ ਕੇ ਲੈ ਗਏ,
ਬੰਦੇ ਬਹੁਤ ਚੰਗੇ ਸੀ, ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਗਨ ਦੇ ਗਏ। ਆਹ ਕੱਲ੍ਹ ਤੁਹਾਨੂੰ ਸ਼ਗਨ ਪਾਇਆ 100 ਰੁਪਏ ਦਾ ਮੋਦੀ ਨੇ, ਜਿਹੜਾ 5 ਸਾਲ 'ਚ ਲੁੱਟਿਆ ਉਹ ਨਹੀਂ ਪਤਾ। ਆਪਾਂ ਵੀ ਕਹਿੰਦੇ ਹਾਂ ਚੱਲ ਏਅਰਪੋਰਟ ਵਿੱਚ ਤਾਂ ਹੋਣਗੇ ਫਲਾਨਾ, 100 ਰੁਪਇਆ ਦੇ ਗਏ, 100 ਰੁਪਇਆ ਦੇ ਗਿਆ। ਤੂੰ ਥੋੜ੍ਹਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਮਾਂ ਕੌਣ ਚੱਲਣ ਵਾਲਾ, ਸੋ ਇਹ ਫਰਕ ਹੈ। ਉਹ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਿਤਾਇਆ ਹੀ ਨਹੀਂ, ਉਹ ਫੇਰ ਕੱਲ੍ਹ ਉੱਧਰ ਹੀ ਚਲਾ ਗਿਆ। ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ। ਮੈਂ ਕਿਹਾ ਵੀ ਇਹ ਕੀ ਹੋ ਗਿਆ? ਕਹਿੰਦੇ ਜੀ ਘਰ ਵਾਪਸੀ। ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ, 6 ਕੁ ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ, ਬਾਅਦ 'ਚ ਕਹਿੰਦੇ ਨੇ ਘਰ ਵਾਪਸੀ। ਇਹ ਕਿਹੜੇ ਘਰ 'ਚ ਵਾਪਸੀ ਹੋਈ ਹੈ? ਮੈਂ ਕਿਹਾ ਕਹਿੰਦੇ ਅਕਾਲੀ ਦਲ 'ਚ। ਮੈਂ ਕਿਹਾ ਉਹਨਾਂ ਘਰਾਂ 'ਚ ਤਾਂ ਨਹੀਂ ਹੋਈ ਨਾ ਜਿਨ੍ਹਾਂ 'ਚੋਂ ਲੋਕਾਂ ਨੇ ਕੱਢੇ ਨੇ, ਉਹਨਾਂ ਘਰਾਂ 'ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ। ਉੱਦੇ ਮੰਨਾਂਗੇ ਜਿੱਦੇ ਉਹ ਘਰਾਂ 'ਚ ਵਾਪਸੀ ਹੋ ਗਈ। ਆਪਦੇ ਵੱਲੋਂ ਇੱਥੇ ਜਾ ਕੇ ਭੂਆ, ਆਪਾਂ ਵੀ ਰੁਸਕ 'ਚ ਭੂਆ ਕੋਲ ਚਲੇ ਜਾਂਦੇ ਸੀ। 2 ਕੁ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ, ਆਪਣਾ ਗੁੱਸਾ ਟੈਲਾ, 2 ਦਿਨ ਆਪਣੇ ਵੀ ਲੰਘ ਗਈਆਂ, ਚਲੋ ਜੀ। ਇਹ ਐਂ ਕਰਦੇ ਨੇ, ਐ ਭੂਆ ਕੋਲ ਚਲੇ ਗਏ ਫਿਰ ਮੁੜੇ। ਦੱਸੋ ਹੁਣ ਤੁਸੀਂ ਯਾਰ ਕਦੇ ਰਿਟਾਇਰ ਵੀ ਹੋ ਜਾਓ, ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ। ਉਹ ਪਾਰਲੀਮੈਂਟ 'ਚ ਦੇਖ, ਤੁਸੀਂ ਵਿਧਾਨ ਸਭਾ 'ਚ ਦੇਖਿਆ ਸੀਗਾ ਕਿਵੇਂ ਨੌਰੇ ਲਾਉਂਦੇ ਹੁੰਦੇ ਨੇ, ਜਿਹਦੀ ਵਾਰੀ ਆ ਕੇ ਬੋਲਣ ਦੀ ਬੋਲ ਕੇ ਕਾਂਗਰਸੀ ਚੱਲੇ। ਮੈਂ ਕੀ ਕੀਤਾ? ਮੈਂ ਜਿੰਦਾ ਲੈ ਗਿਆ। ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ, ਇੱਥੇ ਬਿਠਾਓ ਇਹਨਾਂ ਨੂੰ, ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ, ਨਾਲ ਸੁਣ ਤੋ ਸਹੀ ਜੋ ਬੋਲਦਾ। ਚਲੋ ਜੀ ਬਾਹਰ, ਮੇਰਾ ਕੰਮ ਖਤਮ, ਇਸ ਕੰਮ ਵਾਸਤੇ ਆਏ ਹੋ? ਮੈਂ ਕਿਹਾ ਸੋ ਜਿੰਦਾ ਲਾਤਾ ਜੀ ਮੈਂ ਇਹਨਾਂ ਨੂੰ ਉੱਥੇ। ਪਿੱਟਦੇ ਸੀ ਪਰ ਕਿਉਂ ਜਿੰਦਾ ਲਾਤਾ? ਮੈਂ ਕਿਹਾ ਅੰਦਰੋਂ ਹੀ ਲਾਉਣਾ, ਬਾਹਰੋਂ ਥੋੜ੍ਹੀ ਲਾਉਣਾ। ਆ ਜਾਓ ਬੈਠੋ ਕਰੀਏ ਗੱਲ। ਇਹਨਾਂ ਦਾ ਇਹ ਹਾਲ। ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ, ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲਓ, ਤੜਕੇ ਹੀ ਲੱਗ ਜਾਂਦੇ ਆ। ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ? ਮੈਂ ਤਾਂ ਚੰਗਾ ਵਧੀਆ ਕਲਾਕਾਰ ਸੀ, ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ, ਫਿਲਮਾਂ ਆਉਂਦੀਆਂ ਸੀ, ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ? ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਹੋਰ ਵੀ ਭਾਈ, ਮੈਂ ਤਾਂ ਠੇਕਿਆਂ 'ਚ ਹਿੱਸਾ ਪਾ ਲਿਆ ਜਾਂ ਬੱਸਾਂ 'ਚ ਹਿੱਸਾ ਪਾ ਲਿਆ ਜਾਂ ਰੇਤੇ ਦੀਆਂ ਖੱਡਾਂ 'ਚ, ਕਿਸੇ 'ਚ ਹਿੱਸਾ ਨਹੀਂ ਪਾਇਆ। ਹਿੱਸਾ ਜ਼ਰੂਰ ਪਾਇਆ ਪਰ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ। ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ। ਜੋ 3.5 ਕਰੋੜ ਵਕੀਲ ਮੇਰਾ, ਤੇ ਬੋਲਣਗੇ ਕੀ? ਉਹ ਬੋਲਣ ਜੋਗੇ ਛੱਡੇ ਹੀ ਨਹੀਂ। ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ? ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ, ਸਾਡੀ ਵਾਰੀ ਆਊਗੀ ਅਗਲੀ ਵਾਰੀ। ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ, ਹੁਣ ਫਿਰ ਸਾਡੀ ਵਾਰੀ ਆਊਗੀ। ਐਂ ਵਾਰੀਆਂ ਬਣ ਲਈਆਂ ਸੀ। ਉਹ ਇੱਕ ਪਿੰਡ 'ਚ ਨਾ ਮੈਸਾਂ ਚੋਰੀ ਹੋਣ ਲੱਗ ਗਈਆਂ। ਇੱਕ ਮੈਸ ਚੋਰੀ ਹੋ ਗਈ, ਅਗਲੇ ਦਿਨ 2 ਹੋ ਗਈਆਂ, ਤੀਜੇ ਦਿਨ ਫਿਰ 1 ਮੈਸ ਚੋਰੀ ਹੋ ਗਈ। ਉਹ ਪਿੰਡ 'ਚ ਕੋਈ ਸਾਧ ਰਹਿੰਦਾ ਸੀ, ਡੇਰਾ ਸੀ ਉਹਦਾ, ਲੋਕ ਉਹਦੇ ਕੋਲ, ਮੰਨਤਾ ਬਹੁਤ ਸੀ ਉਹਦੀ, ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੀ ਪੱਟੇ ਗਏ, ਮੈਸਾਂ ਹੀ ਚੋਰੀ ਹੋਣ ਨਹੀਂ ਹਟ ਰਹੀਆਂ, ਕੀ ਕਰੀਏ? ਉਹ ਬਾਬਾ ਕਹਿੰਦਾ ਐਂ ਕਰੋ, ਇੱਕ ਚਾਦਰ ਲੈ ਕੇ ਨਾ 4 ਜਣਿਆਂ ਨੂੰ ਚਾਦਰ ਫੜਾ ਦਿਓ, 4 ਕੰਨੇ ਫੜ ਕੇ ਐਂ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲਓ ਸਾਰੇ ਪਿੰਡ ਨੂੰ। ਜਿਹਨੇ ਮੈਸਾਂ ਚੋਰੀ ਕੀਤੀਆਂ ਹੋਈਆਂ ਜਦੋਂ ਹੀ ਚਾਦਰ ਥੱਲੋਂ ਦੀ ਲੰਘਿਆ ਉੱਥੇ ਹੀ ਡਿੱਗ ਭੂ ਮਰ ਜੂ। ਚਲੋ ਪਿੰਡ 'ਚ ਅਨਾਊਂਸਮੈਂਟ ਕਰਤੀ, 4 ਜਣੇ ਚਾਦਰ ਲੈ ਕੇ ਖੜ੍ਹ ਗਏ, ਥੱਲੋਂ ਦੀ ਲੋਕਾਂ ਨੂੰ ਕੱਢੀ ਗਏ, ਸਾਰੇ ਬੰਦੇ ਕੱਢਤੇ, ਸਾਰੀਆਂ ਪਿੰਡ ਦੀਆਂ ਬੀਬੀਆਂ ਥੱਲੋਂ ਦੀ ਲੰਘ ਗਈਆਂ, ਬੱਚੇ ਵੀ ਲੰਘਾ ਲਏ, ਕੋਈ ਡਿੱਗਿਆ ਹੀ ਨਹੀਂ, ਕੋਈ ਮਰਿਆ ਹੀ ਨਹੀਂ। ਕਾਰਨ ਪਤਾ ਕੀ ਹੈ?
ਜਿਹੜੇ ਮੈਂ ਹਿੱਸਾ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ, ਮਰੂ ਕੌਣ? ਆਪਾਂ ਹੀ ਕੀਤਾ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖੀਆਂ ਸੀ, ਆਪਦੇ ਆਪ 'ਤੇ ਸ਼ੱਕ ਕਰੀ ਜਾਂਦੇ ਸੀ ਵੀ ਉਹ ਲੁੱਟੀਆਂ, ਉਹ ਲੁੱਟਣ ਵਾਲੇ ਤਾਂ ਚਾਦਰਾਂ ਫੜੀ ਖੜੇ ਨੇ। ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ, ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਅਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਹ ਸਮੇਤ ਖਜ਼ਾਨੇ 'ਚ ਆਊਗਾ, ਖਜ਼ਾਨੇ 'ਚੋਂ ਹਸਪਤਾਲਾਂ ਦੇ ਰੂਪ 'ਚ, ਸੜਕਾਂ ਦੇ ਰੂਪ 'ਚ, ਖਜ਼ਾਨੇ 'ਚੋਂ ਤੁਹਾਨੂੰ ਨੌਕਰੀਆਂ ਦੇ ਰੂਪ 'ਚ, ਸਕੂਲਾਂ ਦੇ ਰੂਪ 'ਚ ਵਾਪਸ ਆਊਗਾ। ਆਹ ਫਰਕ ਪੈ ਜੂਗਾ ਬਸ। ਸੋ 8000 ਕਰੋੜ ਰੁਪਇਆ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ, ਜਿਹਚੋਂ 5500 ਕਰੋੜ ਦਾ ਇਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ, ਮੰਡੀ ਕਰਨ ਬੋਰਡ ਦਾ, ਉਹ ਰੋਕਿਆ ਕਿਉਂ ਸੀ? ਕੈਪਟਨ ਅਮਰਿੰਦਰ ਨੇ ਗਲਤ ਜਗ੍ਹਾ 'ਤੇ ਵਰਤ ਲਿਆ, ਕਿਤੇ ਹੋਰ ਵਰਤ ਲਿਆ, ਉਹਨਾਂ ਨੇ ਪੈਸੇ ਰੋਕਤੇ, ਪੈਸੇ ਰੋਕਤੇ। ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ 'ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ 'ਤੇ ਹੀ ਲੱਗੂਗਾ। ਮੈਂ ਵਿਧਾਨ ਸਭਾ 'ਚ ਲਿਆਂਦਾ, ਮੈਂ ਕਿਹਾ ਅਸੀਂ ਲਾਉਣੇ ਮੰਡੀਆਂ 'ਤੇ, ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਆਪਾਂ ਨੇ, ਅਸੀਂ ਰੂਲ ਬਦਲਤਾ। ਅਸੀਂ ਕਿਹਾ ਦੇ ਦਿਓ, ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ। ਮੈਂ ਕਿਹਾ ਜੀ ਪਹਿਲਾਂ 3% ਹੈ, ਜ਼ੀਰੋ ਕਿਵੇਂ ਕਰ ਦੋਗੇ ਤੁਸੀਂ? ਕਹਿੰਦੇ ਨਾ, ਹਮ ਦੂਸਰੇ ਸਟੇਟੋਂ ਕੋ ਜ਼ੀਰੋ ਦੇ ਰਹੇ। ਮੈਂ ਕਿਹਾ ਨਾ, ਫਿਰ ਐਂ ਨਹੀਂ ਚੱਲਣਾ ਕੰਮ, ਠੀਕ ਹੈ ਨਾ। 55500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ। ਹੁਣ ਕੈਪਟਨ ਉਸੇ ਪਾਰਟੀ 'ਚ ਲੈ ਗਿਆ, ਕਰਵਾਵੇ ਨਾ ਕਲੀਅਰ ਉੱਥੋਂ, ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ। ਆ ਜਿਹੜੇ ਮਨਪ੍ਰੀਤ ਬਾਦਲ ਹੋਰੀ ਕਰਾਉਣ ਨਾ ਉੱਥੇ ਪੈਸਾ, ਕਿ ਭਾਈ ਪੰਜਾਬ ਦਾ ਪੈਸਾ ਦਿਓ ਤੁਸੀਂ। ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ। ਫਿਰ NHM ਦਾ, ਨੈਸ਼ਨਲ ਹੈਲਥ ਮਿਸ਼ਨ ਦਾ, ਹਸਪਤਾਲਾਂ ਦਾ, ਉਹ ਰੋਕ ਰੱਖਿਆ। ਵੀਰੋ ਮੈਂ ਕਈ ਵਾਰੀ ਗਿਆ, ਨੀਤੀ ਆਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ। ਉਹ ਇੱਕ ਅਫਸਰ ਮੇਰਾ ਫੈਨ ਆ ਉੱਥੇ, ਨਾਂ ਤਾਂ ਲੈਣਾ, ਮੈਂ ਉਹਨੂੰ ਸਸਪੈਂਡ ਕਰ ਦੂੰ ਮੋਦੀ। ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ। ਮੈਂ ਕਿਹਾ ਯਾਰ ਨੀਤੀ ਆਯੋਗ 'ਚ ਬੈਠੇ ਆ, ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ, ਇੱਥੋਂ ਪੈਸੇ ਕਿਉਂ ਨਹੀਂ ਮਿਲਣੇ? ਕਹਿੰਦਾ ਨਾ ਨਾ, ਲੋਕਾਂ ਕੋਲ ਜਾਓ, ਪੰਜਾਬ ਦੇ ਲੋਕਾਂ ਕੋਲ। ਮੈਂ ਕਿਹਾ ਲੋਕਾਂ ਕੋਲ ਕੀ ਕਰਨ ਜਾਵਾਂ, ਲੋਕਾਂ ਨੇ ਤਾਂ ਕਰਤਾ ਕੰਮ, ਲੋਕਾਂ ਨੇ ਤਾਂ 117 ਚੋਂ 92 ਦੇਤੀਆਂ। ਕਹਿੰਦੇ ਨਾ ਨਾ, ਇੱਕ ਵਾਰੀ ਫਿਰ ਜਾਓ, ਫਿਰ ਗੱਲ ਬਣ ਜੂ। ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ। ਮੈਂ ਕਿਹਾ ਹੁਣ ਕੀ ਕਰਾਂ? ਕਹਿੰਦਾ ਐਂ ਕਰੋ, 13 ਦੀਆਂ 13 ਸੀਟਾਂ ਪੰਜਾਬ 'ਚੋਂ ਆਮ ਆਦਮੀ ਪਾਰਟੀ ਵਾਸਤੇ ਜਿਤਾ ਲਿਓ, 10 ਤੁਹਾਡੇ ਪਹਿਲੀ ਹੈਗੇ ਨੇ ਉਹਦੇ 'ਚ ਰਾਜ ਸਭਾ 'ਚ, ਬਾਕੀ ਦਿੱਲੀ ਤੋਂ ਅਤੇ ਆਲੇ ਦੁਆਲੇ ਆ ਜਾਣਗੀਆਂ। ਜਦੋਂ ਤੁਸੀਂ 30-35 ਹੋ ਗਏ ਨਾ, ਜੋ 30-35 ਇਕੱਠੇ ਬੋਲਣਗੇ, ਮਜਾਲ ਹੈ 1 ਰੁਪਈਆ ਵੀ ਇਹ ਰੱਖ ਸਕਣ, ਜਾਂ ਕੋਈ ਵੀ ਸਰਕਾਰ ਕੇਂਦਰ ਦੀ ਆਵੇ, ਕਿਉਂ ਪੈਸਾ ਦੱਬੀ ਬੈਠੇ ਨੇ। ਮੇਰੇ 13 ਹੱਥ ਹੋ ਜਾਣਗੇ ਫਿਰ। ਹੁਣ ਮੈਂ ਇਕੱਲਾ ਲੜੀ ਜਾਂਦਾ ਜੀ, BJP ਨਾਲ ਇਕੱਲਾ ਲੜੀ ਜਾਂਦਾ, ਗਵਰਨਰ ਨਾਲ ਇਕੱਲਾ ਲੜੀ ਜਾਂਦਾ, ਹਰ ਗੱਲ 'ਤੇ ਸੁਪਰੀਮ ਕੋਰਟ ਜਾਣਾ ਪੈਂਦਾ, ਕਾਂਗਰਸੀਆਂ ਨਾਲ ਇਕੱਲਾ ਲੜੀ ਜਾਂਦਾ। ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ 'ਚੋਂ, ਤਾਂ ਮੇਰਾ ਭਾਰ ਵੀ ਸੌਖਾ ਹੋਊ, ਅਤੇ ਉਹ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਬਾਅਦ। ਜਦੋਂ ਉਹ ਪੈਸੇ ਆ ਗਏ ਨਾ, ਮੈਂ ਕਿਹੜਾ ਪੈਸਾ, ਮੈਂ ਤਾਂ ਵਿਆਹ ਸਮੇਤ ਲਾਊਂ ਤੁਹਾਡੇ 'ਤੇ। ਸੋ ਇਸ ਕਰਕੇ ਮੈਨੂੰ ਤਾਂ ਚਾਅ ਹੀ ਇਸ ਗੱਲ ਦਾ ਹੁੰਦਾ, ਜਦੋਂ ਸਵੇਰੇ ਉੱਠਦਾ, ਜਦੋਂ ਮੈਂ ਅੱਖ ਖੁੱਲ੍ਹਦੀ ਹੈ, ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦੇ ਹਾਂ ਕਿ ਪਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ। ਸੋ ਮੈਂ ਤਾਂ ਇਸ ਕਿਸਮ ਦਾ ਬੰਦਾ, ਤੁਸੀਂ 13-0 ਕਰ ਦਿਓ, ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ। ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘਿਓ ਹੈ, ਇਹ ਉਂਗਲੀ ਟੇਢੀ ਨਾਲ ਨਿਕਲਣਾ, ਸਿੱਧੀ ਨਾਲ, ਜਾਂ ਕਿਵੇਂ ਕਰਨਾ। ਸੋ ਇੱਕ ਵਾਰੀ ਤਾੜੀ ਇਸ ਗੱਲ 'ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੀ ਹਾਮੀ ਭਰ ਦਿਓ ਇਸ ਗੱਲ ਨਾਲ। ਮੈਂ ਬੈਕ ਕਰ ਲੂੰਗਾ, ਮੈਂ ਅੱਜ ਮਿਲ ਲੂੰਗਾ, ਕੋਈ ਨਹੀਂ, ਬੈਠ ਜਾਓ, ਕੋਈ ਨਹੀਂ, ਮਿਲ ਕੇ ਜਾਊਂ, ਬੈਠ ਜਾਓ, ਬੈਠ ਜਾਓ।
ਬਹੁਤ ਬਹੁਤ ਧੰਨਵਾਦ। ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪਏ ਨੇ, ਇਹ ਕਈ ਕਈ ਸਾਲਾਂ ਦੇ ਭਰੇ ਪਏ ਨੇ ਅੰਦਰੋਂ, ਗੁਬਾਰ ਹੈ ਇਹ। ਪਹਿਲਾਂ ਕਦੇ ਇੱਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ, ਜਾਂ ਕਿਸੇ ਨੇ ਬੋਲਣਾ? ਪਹਿਲਾਂ ਮਿਲਦੇ ਸੀ ਕਿਤੇ? ਆਉਂਦੇ ਹੀ ਨਹੀਂ ਸੀ, ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ। ਪੰਜਾਬ 'ਚ ਮੈਨੂੰ ਲੱਗਦਾ 8-10 ਵਾਰੀ ਹੋਏ ਆਇਆ ਸੀ 5 ਸਾਲਾਂ 'ਚ ਕੈਪਟਨ। ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ 'ਚ ਰਹਿੰਦੇ ਰਹੇ ਨੇ। ਸੋ ਹੁਣ ਜਿਹੜਾ ਮਾਹੌਲ ਬਦਲ ਗਿਆ, ਤੁਹਾਡੇ ਵਰਗੇ ਹੀ ਆ, ਇੱਥੇ ਹੀ ਰਹਿੰਦੇ ਹਾਂ ਪਿੰਡਾਂ ਦਾ ਵੀ। ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ, ਮੈਂ ਪਿੰਡਾਂ ਵਾਲਿਆਂ ਨੂੰ ਪੁੱਛ ਲੈਂਦਾ ਵੀ ਕਿਵੇਂ ਰਹੂ ਆਹ, ਜਮ੍ਹਾਂ ਸੱਚ ਦੱਸ ਦਿੰਦੇ ਨੇ ਉਹ ਵੀ ਆਹ ਨਾ ਪੰਗਾ ਲੈ ਲਓ ਬਾਈ, ਇਹਦੇ ਨਾਲ ਆਹ ਹੋ ਜੂ। ਹੈਂ ਅੱਛਾ ਠੀਕ ਆ ਕਰ, ਕਿਉਂਕਿ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ, ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ, ਹੱਲ ਉੱਥੋਂ ਹੀ ਲੱਭੋ ਜਿੱਥੇ ਸਮੱਸਿਆ। ਸੋ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਇਸ ਵਾਰ ਆਹ 2-4 ਦਿਨਾਂ ਤੱਕ ਕੋਡ ਲੱਗ ਜਾਣਾ, ਕੋਡ ਲੱਗ ਜਾਣਾ, ਕੋਈ ਗੱਲ ਨਹੀਂ 2 ਮਹੀਨੇ ਦਾ ਹੀ ਹੋਊਗਾ, ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ 'ਚ ਵੋਟਾਂ ਗਿਣੀਆਂ ਜਾਣਗੀਆਂ। ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ, ਤੁਸੀਂ ਜਦੋਂ ਮੈਂ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹੁਮਮ ਆ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ। ਇਸ ਵਾਰ ਵੀ ਤੁਹਾਡੇ ਪਿਆਰ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ, ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ। ਇਹਨਾਂ ਨੇ ਝਾਕੀ ਰੋਕੀ, ਝਾਕੀ ਆਪਣੀ 26 ਜਨਵਰੀ 'ਚ ਆਪਣੀ ਝਾਕੀ ਨਹੀਂ ਸੀ, ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਵਰੀਅਰ ਦੀ ਪਹਿਲੀ ਲੇਡੀ ਸੀ, ਪਹਿਲੀ ਮਹਿਲਾ ਵਰੀਅਰ ਮਾਈ ਭਾਗੋ, ਉਹਦੇ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਭਰਤੀ ਵਾਸਤੇ ਮੁਹਾਲੀ, ਉਹ ਦਿਖਾਇਆ ਹੈ ਨਾ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਜਲਿਆਂਵਾਲੇ ਬਾਗ ਦਾ ਸੱਕ, ਸਭ ਦਿਖਾਇਆ, ਰਿਜੈਕਟ ਕਰਤੀ। ਅਸੀਂ ਕਿਹਾ ਕੀ ਗੱਲ ਬਈ, ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ। ਮੈਂ ਕਿਹਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ? ਊਧਮ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ? ਕਰਤਾਰ ਸਿੰਘ ਸਰਾਭੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ? ਕੌਣ ਹੁੰਦੇ ਹੋ ਤੁਸੀਂ? ਕਿਹੜੇ ਅਫਸਰਾਂ ਨੇ ਰਿਜੈਕਟ ਕੀਤੀ ਇਹ? ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਉਠਾਇਆ, ਮੈਂ ਕਿਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ, ਮੈਂ 9 ਹੋਰ ਬਣਾ ਲਈਆਂ ਉਹਦੀਆਂ, ਹੁਣ ਆ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ, ਇੱਥੇ ਆ ਗਈਆਂ ਹੋਣੀਆਂ। ਦੇਖੀਏ ਨਾ ਕੀ ਘਾਟ ਹੈ ਵੀ ਉਹ 'ਚ, ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ 'ਚ? ਇਹ ਡਰ ਗਏ। ਮੈਨੂੰ ਚਿੱਠੀ ਆਈ ਉਹਨਾਂ ਦੀ, ਸਰਕਾਰ ਗ੍ਰਹਿ ਮੰਤਰਾਲੇ ਦੀ, ਕਹਿੰਦੇ ਜੀ ਥੋੜ੍ਹਾ ਜਿਹਾ ਇਹ ਗੱਲ ਬੋਲਣਾ ਬੰਦ ਕਰ ਦਿਉ ਝਾਕੀ ਵਾਲਾ, ਵੀ ਅਸੀਂ ਵਾਅਦਾ ਕਰਦੇ ਹਾਂ ਅਗਲੀ 15 ਅਗਸਤ 'ਚ, ਉਦੋਂ ਅਗਲੀ 26 ਜਨਵਰੀ, ਉਦੋਂ ਅਗਲੀ 15 ਅਗਸਤ, 3 ਸਾਲਾਂ ਦੀਆਂ 15 ਅਗਸਤ ਅਤੇ 26 ਜਨਵਰੀਆਂ 'ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ 'ਤੇ ਆਇਆ ਕਰੂ, ਬਸ ਆ ਬੋਲਣਾ ਬੰਦ ਕਰ ਦਿਉ। ਮੈਂ ਗੱਲ ਸੁਣੋ, ਮੈਂ ਜਵਾਬ ਦਿੱਤਾ, ਤਾੜੀਆਂ ਵਾਲਾ ਨਹੀਂ, ਤਾੜੀਆਂ ਵਾਲਾ ਜਵਾਬ ਨਹੀਂ, ਪੂਰੀ ਗੱਲ ਸੁਣ ਲਓ। ਮੈਂ ਕਿਹਾ ਅਗਲੀ 15 ਅਗਸਤ ਬਾਰੇ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ? ਕੀ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੋਣ ਉੱਥੇ, ਹੈਂ? ਸੋ ਇਹਨਾਂ ਨੂੰ ਕਿਵੇਂ ਪਤਾ ਵੀ 15 ਅਗਸਤ ਨੂੰ ਅਸੀਂ ਹੋਵਾਂਗੇ ਅਗਲੀ ਨੂੰ? ਜਨਤਾ ਦਾ ਕੀ ਪਤਾ ਲੱਗਦਾ? ਥੋੜ੍ਹਾ ਜਿਹਾ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ। ਉਹ ਸੁਖਵੀਰਵਾਲ ਦੇ ਆਲੇ ਦੁਆਲੇ ਖੜ੍ਹੇ ਹੁੰਦੇ ਆ, ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ, ਉਹਨਾਂ ਨੂੰ ਦੇਖਣਾ ਹੁੰਦਾ ਸਾਹ ਕਦੋਂ ਕੁ ਲੈਂਦਾ, ਉਹਦੀ ਨਾਲ ਹੀ ਬੋਲੇ ਸੋ ਬਸ ਉਹੀ ਉਹੀ ਗੱਲ ਹੈ ਨਾ। ਇੱਕ ਬੰਦਾ ਸੀ, ਉਹ ਦੂਜੇ ਨੂੰ ਮਿਲਿਆ, ਕਹਿੰਦਾ ਯਾਰ ਗੁਰਦੇਵ ਮੇਰੀ ਮੈਸ ਬਿਮਾਰ ਹੋ ਗਈ। ਕਹਿੰਦਾ ਯਾਰ ਤੇਰੀ ਵੀ ਮੈਸ ਬਿਮਾਰ ਹੋਈ ਸੀ 15 ਦਿਨ ਪਹਿਲਾਂ, ਤੈਂ ਕੀ ਦਿੱਤਾ ਸੀ? ਉਹ ਕਹਿੰਦਾ ਮੈਂ ਤਾਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ। ਇਹਨੂੰ ਸੁਣ ਕੇ ਭੱਜ ਗਿਆ, ਉਹ ਕਹਿੰਦਾ ਗੱਲ ਤਾਂ ਸੁਣ ਲਗਾ। ਉਹ ਕਹਿੰਦਾ ਪਹਿਲਾਂ ਯਾਰ ਮੈਂ ਨਿਬੇੜਿਆ ਵਾਂ, ਤਾਰੇ ਮੀਰੇ ਦਾ ਤੇਲ ਦੇਤਾ, ਮੈਸ ਮਰ ਗਈ। ਅਗਲੇ ਦਿਨ ਫਿਰ ਮਿਲਿਆ ਗੁਰਦੇਵ,
ਉਹਨੂੰ ਲਾਂਭਾ ਦਿੱਤਾ, ਕਹਿੰਦਾ ਗੁਰਦੇਵ ਜੀ ਤੂੰ ਚੰਗਾ ਬੰਦਾ, ਕੱਲ੍ਹ ਤਾਂ ਮੈਨੂੰ ਤਾਰੇ ਮੀਰਾ ਤੇਲ ਕਹਿਤਾ, ਮੈਂ ਤਾਰੇ ਮੀਰਾ ਤੇਰੇ ਤਾਂ ਮੇਰੀ ਤਾਂ ਮੈਂ ਮਰ ਗਈ। ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ, ਪਹਿਲੀ ਭੱਜ ਗਿਆ, ਮੇਰੇ ਵਾਲੀ ਵੀ ਮਰ ਗਈ ਸੀ। ਮੈਂ ਦੱਸਣ ਲੱਗਿਆ ਕਿ ਤੂੰ ਸੁਣੀ ਨਹੀਂ ਹੈ ਨਾ, ਤੁਸੀਂ ਪੂਰੀ ਗੱਲ ਸੁਣਿਆ ਕਰੋ ਪਹਿਲਾਂ, ਐਵੇਂ ਨਾ ਤਾਰੇ ਮੀਰਾ ਤੇਲ ਦੇਈ ਜਾਇਆ ਕਰੋ ਹਰੇਕ ਨੂੰ। ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਣ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ, ਆਪਣੇ ਭਤੀਜੇ ਨੂੰ, ਆਪਣੇ ਛੋਟੇ ਭਾਈ ਨੂੰ, ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ। ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲਾਂ ਹੀ ਸੈਂਟਰ ਹੈ ਇਨਕਲਾਬ ਦਾ, ਅਤੇ ਉਸ ਤੋਂ ਬਾਅਦ ਹੋਰ ਵੀ ਆਹ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣਗੇ ਕਿ ਲੋਕ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਤੁਹਾਨੂੰ ਮਿਲਣ ਆਇਆ ਕਰਨਗੇ ਕਿ ਆਹ ਨੇ ਉਹ ਸੰਗਰੂਰ ਵਾਲੇ ਜਿਨ੍ਹਾਂ ਨੇ ਬਦਲਿਆ ਕੰਮ ਸਾਰਾ। ਹਿਸਟਰੀ ਦੇ ਵਿੱਚ ਨਾਮ ਮੈਂ ਕਿਹਾ ਸੀ ਤੁਹਾਡਾ ਲਿਖਿਆ ਜਾਊਗਾ। ਅੱਜ ਤੋਂ 20-25-30-40 ਸਾਲਾਂ ਬਾਅਦ ਕਿਤੇ ਸਵਾਲ ਪੁੱਛਿਆ ਜਾਊਗਾ ਕਿਸੇ ਪੇਪਰ 'ਚ ਜਾਂ ਸਬਜੈਕਟ 'ਚ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕਦੋਂ ਅਤੇ ਕਿੱਥੋਂ ਹੋਈ। ਉਹਦਾ ਸਹੀ ਜਵਾਬ ਹੋਊਗਾ 2014-16 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼ੁਰੂਆਤ ਹੋਈ ਸੀ। ਫਿਰ ਉਹ ਤੋਂ ਬਾਅਦ 10-12 ਸਾਲਾਂ 'ਚ ਪੰਜਾਬ ਬਦਲ, ਸ਼ੁਰੂਆਤ ਤੁਸੀਂ ਕੀਤੀ ਹੈ। ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ, ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ। ਜਿਹੜਾ ਜਾਗ ਤੁਸੀਂ ਦਿੱਤਾ ਸੰਗਰੂਰ ਵਾਲਿਓ 2014 'ਚ, ਉਹਦੇ ਨਾਲ ਹੀ ਦਹੀਂ ਜੰਮਿਆ ਪੂਰੇ ਪੰਜਾਬ 'ਚ, ਉਹਦੇ ਨਾਲ ਹੀ ਦਿੱਲੀ, ਉਹਦੇ ਨਾਲ ਹੀ ਪਾਰਟੀ 10 ਸਾਲਾਂ 'ਚ ਨੈਸ਼ਨਲ ਪਾਰਟੀ ਬਣ ਗਈ ਜੀ। 10 ਸਾਲਾਂ 'ਚ ਸਿਰਫ ਅੱਜ ਸਾਡੇ 5 MLA ਗੁਜਰਾਤ ਤੋਂ ਨੇ, 2 MLA ਗੋਆ ਤੋਂ ਨੇ, MCD ਸਾਡੇ ਕੋਲ ਜਿਹੜੀ ਹੈ ਦਿੱਲੀ ਦੀ MCD ਦੇ ਵਿੱਚ ਆਪਣਾ ਮੇਅਰ, ਆਪਣੀ ਸਰਕਾਰ ਹੈ, ਸਮਝ ਲਓ ਲੋਕਲ ਸਰਕਾਰ ਕਹਿੰਦੇ ਹਾਂ। ਚੰਡੀਗੜ੍ਹ 'ਚ ਆਪਣਾ ਮੇਅਰ ਹੈ, ਠੀਕ ਹੈ ਨਾ, ਮਹਿਰੌਲ ਸੰਗਰੌਲੀ ਜਗ੍ਹਾ ਇੱਕ ਮੱਧ ਪ੍ਰਦੇਸ਼ 'ਚ ਉੱਥੇ ਆਪਣਾ ਮੇਅਰ ਹੈ, 10 ਆਪਣੇ ਰਾਜ ਸਭਾ 'ਚ ਨੇ, 13 ਤੁਸੀਂ ਇੱਥੋਂ ਹੋਰ ਕਰ ਦੋਗੇ। ਮਤਲਬ ਇੱਦੂ ਤੇਜ਼ੀ ਨਾਲ ਫੈਲਣ ਵਾਲੀ ਕੋਈ ਹੋਰ ਪਾਰਟੀ ਨਹੀਂ ਹੋ ਸਕਦੀ। ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕੇ ਦਿੰਦੇ ਹਾਂ, ਵਲੰਟੀਅਰਾਂ ਨੂੰ ਲੱਭ ਕੇ ਅਸੀਂ ਚੇਅਰਮੈਨ ਲਾਏ ਨੇ, ਕਈਆਂ ਨੂੰ ਤਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਉਹ ਤੈਨੂੰ ਲਾਤਾ, ਕਿਉਂਕਿ ਜਿਹਨੇ ਮਿਹਨਤ ਕੀਤੀ ਹੈ ਮੇਰੀ ਅੱਖ ਦੇ ਵਿੱਚ ਰਹਿਣ ਜਿਹੜਾ ਹੋਊਗਾ ਬੰਦਾ, ਵੀ ਇਹ ਮਿਹਨਤ ਕਰਦਾ ਯਾਰ ਬੰਦਾ, ਇਹ ਜ਼ਰੂਰੀ ਨਹੀਂ ਕਿ ਮੇਰੇ ਅੱਖਾਂ ਦੇ ਮੂਹਰੇ ਦੀ ਲੰਘੇ। ਕਈਆਂ ਨੂੰ ਇਹ ਵੀ ਹੁੰਦਾ ਨਾ ਵੀ ਥੋੜ੍ਹਾ ਜਿਹਾ ਇੱਧਰ ਦੀ ਲੰਘ ਗਏ, ਕਦੇ ਇੱਧਰ ਨੂੰ ਲੰਘ ਗਏ, ਵੀ ਇਹਦੇ ਨਾਲ ਸ਼ਾਇਦ ਕੋਈ ਸਾਡਾ ਫਰਜ਼, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ, ਤੁਹਾਡੇ ਕੰਮ ਉਹਦਾ ਮੁੱਲ ਪਊਗਾ। ਤੁਸੀਂ ਮੋਟਰਸਾਈਕਲਾਂ 'ਚ ਆਪ ਤੇਲ ਪਵਾ ਕੇ ਮੇਰੇ ਕਾਫਲਿਆਂ ਨੂੰ ਵੱਡੇ ਕਰਦੇ ਰਹੇ ਹੋ, ਮੇਰਾ ਫਰਜ਼ ਬਣਦਾ ਕਿ ਤੁਹਾਡੇ ਸਿਆਸੀ ਅਤੇ ਤੁਹਾਡੇ ਆਰਥਿਕ ਕੱਦ ਮੈਂ ਵੱਡੇ ਕਰਾਂ। ਜਦੋਂ ਮੈਂ ਸ਼ਾਮੇ ਹਾਂ ਤਾਂ ਤੁਹਾਨੂੰ ਸਾਰੇ ਸ਼ਾਮੇ ਹੋਣੇ ਚਾਹੀਦੇ ਹੋ, ਫਿਰ ਧੁੱਪ ਨਹੀਂ ਲੱਗਣੀ ਚਾਹੀਦੀ। ਵਲੰਟੀਅਰ ਜਿਹੜਾ ਉਹ ਸਭ ਤੋਂ ਨੇੜੇ ਵਾਲੀ ਕੜੀ ਹੈ, ਅੱਖਾਂ 'ਚ ਅੱਖਾਂ ਪਾ ਕੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੁੰਦੀ ਹੈ। ਅਤੇ ਅੱਜ ਮੈਨੂੰ ਇਹ ਦੱਸ ਦਿਉ, ਮੇਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਭੁਆਕੜ ਬੈਠੇ ਨੇ, ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਫਿਰ ਐਂ ਜਾਂਦੇ ਹੁੰਦੇ ਨਾ, ਕਾਂਗਰਸ ਇੱਕ ਨਹੀਂ ਕਿਵੇਂ ਹੈ ਉਹ ਕਰਤਾ, ਹਾਂ ਉਹ ਕਹਿੰਦਾ ਵੀ ਠੀਕ ਹੈ, ਉਹ ਤੁਹਾਡੇ ਵਾਲੇ ਨੇ ਕੀ ਕੀਤਾ ਸੀ, ਫਿਰ ਉਹ ਕਹਿੰਦਾ ਚੱਲ ਠੀਕ ਹੈ ਫਿਰ ਆਪਾਂ ਤੇਰੇ ਨਾਲ ਹਾਂ। ਐਂ ਵਧੂ ਕਾਫਲਾ, ਇੱਦਾਂ ਕਾਫਲਾ ਵਧਾਉਣਾ ਆਪਾਂ ਨੇ। ਸੋ ਮਈ ਦੇ ਵਿੱਚ ਇਲੈਕਸ਼ਨ ਹੈ, ਸ਼ਾਇਦ ਅਪ੍ਰੈਲ 'ਚ ਆ ਜਾਏ, ਇਹ ਤਾਂ 2-4 ਦਿਨਾਂ ਨੂੰ ਪਤਾ ਲੱਗੂਗਾ। ਪਰ ਆਪਣੇ ਲਈ ਇਹ ਹੈ, ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ, ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ। ਥੱਲੇ ਵਾਲਾ ਕੰਮ ਸਾਂਭ ਲਓ ਯਾਰ ਤੁਸੀਂ, ਵੀ ਪੋਸਟਰ ਕਿੱਥੇ ਲਾਉਣੇ ਨੇ, ਮੇਰਾ ਰੋਡ ਸ਼ੋਅ ਕਿੱਥੋਂ ਦੀ ਲੰਘਾਉਣਾ, ਠੀਕ ਹੈ ਨਾ, ਇਹ ਕੰਮ ਤੁਸੀਂ ਸਾਂਭ ਲਓ। ਤਾਹਾਂ ਦੀ ਜਮ੍ਹਾਂ ਫਿਕਰ ਨਾ ਕਰੋ, ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਇਹਨਾਂ ਨੂੰ, ਮੈਂ ਕਿਹਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ, ਇਹ ਮੇਰਾ ਕੰਮ ਹੈ, ਤਾਹਾਂ ਵਾਲਿਆਂ ਨੂੰ ਤਾਂ ਮੈਂ ਆਪ ਹੀ ਸਾਂਭ ਲੂੰ। ਉਹਦਾ ਤੁਸੀਂ ਦੇਖ ਲਓ, ਜਦੋਂ ਮੈਂ ਆ ਜਾਂਦਾ ਜਾਂ ਤਾਂ ਬਾਹਰ ਨੂੰ ਭੱਜ ਜਾਂਦੇ ਨੇ ਜਾਂ ਨੀਵੀਆਂ ਪਾ ਲੈਂਦੇ ਨੇ ਵੀ ਆ ਗਿਆ,
ਐਵੇਂ ਅੱਖ ਚੱਕ ਮਿਲ ਗਈ ਕੋਈ ਘਪਲੇ ਸਾਡੇ ਹੀ ਕੱਢ ਦੂਗਾ। ਸਾਰਿਆਂ ਦੇ ਵੱਡੇ ਵੱਡੇ ਘਪਲੇ ਪਏ ਨੇ। ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਲਡੋਜ਼ਰ ਚੱਲਣਗੇ, JCBਆਂ ਚੱਲਣਗੀਆਂ, ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ, ਵੱਡੇ ਵੱਡੀਆਂ ਇਮਾਰਤਾਂ ਨੇ, ਉਹਦੇ ਉਹਨਾਂ ਦੀਆਂ ਨੀਹਾਂ 'ਚੋਂ ਨਾ, ਉਹਦੀਆਂ ਨੀਹਾਂ 'ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ। ਵੱਡੇ ਰੈਵੋਲਿਊਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ, ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਿਆਂ ਵੱਡਿਆਂ ਨੂੰ ਵੀ ਹੱਥ ਪੈ ਜਾਊਗਾ। ਸੋ ਇਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ, ਪਰ ਉਹੀ ਪਾ ਸਕਦਾ ਜਿਹੜਾ ਆਪ ਇਮਾਨਦਾਰ ਹੋਵੇ। ਉਹ ਇੱਕ ਬੁੜੀ ਗਈ ਕਿ ਸਾਧੂ ਕੋਲ, ਕਹਿੰਦੀ ਬਾਬਾ ਜੀ ਮੇਰਾ ਜਵਾਕ ਗੁੜ ਬਹੁਤ ਖਾਂਦਾ। ਉਹ ਕਹਿੰਦਾ ਪਰਸੋਂ ਨੂੰ ਆਇਓ, ਇਹਦਾ ਇਲਾਜ ਦੱਸਾਂਗੇ। ਪਰਸੋਂ ਨੂੰ ਫੇਰ ਆਇਆ, ਉਹ ਕਹਿੰਦੀ ਬਾਬਾ, ਕਹਿੰਦੇ ਐਂ ਕਰੋ ਭਾਈ ਅਗਲੇ ਬੁੱਧਵਾਰ ਨੂੰ ਆਇਓ। ਅਗਲੇ ਬੁੱਧਵਾਰ ਨੂੰ ਚਲੀ ਗਈ, ਕਹਿੰਦੀ ਗੁੜ ਬਹੁਤ ਖਾਂਦਾ ਇਹ। ਉਹ ਕਹਿੰਦਾ ਭਾਈ ਕਾਕੇ ਨੂੰ ਕਹਿੰਦਾ, ਬੱਚੇ ਨੂੰ ਕਹਿੰਦਾ, ਬੇਟਾ ਗੁੜ ਨਾ ਖਾਇਆ ਕਰ ਬਸ। ਉਹ ਕਹਿੰਦੀ ਬਾਬਾ ਆਹੀ ਗੱਲ ਕਹਿਣੀ ਸੀ ਪਹਿਲੇ ਦਿਨ ਕਹਿਣ ਦਾ, ਫਿਰ ਦੂਜੇ ਪਰਸੋਂ ਬੁਲਾਇਆ ਸੀ ਉਦੇ ਕਹਿਣ ਦਾ, ਹੁਣ 7 ਦਿਨਾਂ ਬਾਅਦ ਫਿਰ ਬੁਲਾਇਆ ਹੁਣ ਕਿਹਾ। ਕਹਿੰਦਾ ਭਾਈ ਮੈਂ ਕਿਵੇਂ ਕਹਿਣ ਦਾ, ਉਦੋਂ ਮੈਂ ਬਹੁਤ ਖਾਂਦਾ ਸੀ। ਕਹਿੰਦਾ ਪਹਿਲਾਂ ਤਾਂ ਮੈਂ ਛੱਡਿਆ ਹਫ਼ਤੇ 'ਚ, ਕਹਿੰਦਾ ਫਿਰ ਤਾਂ ਤੇਰੇ ਮੁੰਡੇ ਨੂੰ ਕਹਿਣਾ। ਸੋ ਇਸ ਕਰਕੇ ਇਹਨਾਂ ਦੇ ਵਿਰੁੱਧ ਹੱਥ ਉਹੀ ਪਾ ਸਕਦਾ ਜਿਹਨੇ ਆਪ ਕੁਛ ਨਾ ਕੀਤਾ ਹੋਵੇ, ਜਿਹਨੇ ਆਪ ਕੁਛ ਨਾ ਖਾਧਾ ਹੋਵੇ। ਇਸ ਗੱਲ ਦੀ ਮੈਂ ਗਰੰਟੀ ਦਿੰਦਾ ਕਿ ਇੱਕ ਪਾਸੇ ਪੈਸੇ ਹੋਣ, ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ, ਅਤੇ ਆਹ ਜਿਹੜਾ ਤੁਹਾਡਾ ਪੁੱਤ ਹੈ ਇਹ ਸਰਕਾਰੀ ਪੈਸਾ ਨਹੀਂ ਖਾਊਗਾ, ਇਹ ਸਲਫਾਸ ਨੂੰ ਤਰਜੀਹ ਦੇਊਗਾ। ਇਹ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ, ਰਾਜਨੀਤੀ 'ਚ ਤੋਂ ਵੱਡੀ ਗੱਲ ਹੋ ਨਹੀਂ ਸਕਦੀ। ਮੈਂ ਇਹ ਵੀ ਕਹਿੰਦਾ ਕਿ ਕੰਮ ਦੇਖ ਕੇ, ਜਿਵੇਂ ਅਮਨ ਜੀ ਨੇ ਕਿਹਾ ਕੰਮ ਦੇਖੀਦਾ ਚੰਮ ਨਹੀਂ ਦੇਖੀਦਾ, ਕੰਮ ਦੇਖ ਕੇ ਵੋਟਾਂ ਪਾਓ। ਔਰ ਪਾਰਟੀ ਡਿਸਿਪਲਿਨ ਚੱਲ ਰਹੀ ਹੈ ਬਹੁਤ, ਮੰਨਦੇ ਨੇ ਸਾਰੇ, ਕਹਿੰਦੇ ਵੀ ਇਹਨਾਂ ਵਰਗਾ ਡਿਸਿਪਲਿਨ ਨਹੀਂ ਹੈਗਾ ਕਿਤੇ, ਇਹ ਬਹੁਤ ਡਿਸਿਪਲਿਨ 'ਚ ਪਾਰਟੀ ਹੈ। ਜੇ ਕਿਸੇ ਦਾ ਕੋਈ ਸ਼ਿਕਵਾ ਗਿਲਾ ਵੀ ਹੈ ਮੇਰੇ ਕੋਲ ਆ ਜਾਂਦੇ ਨੇ, ਮਿਲ ਲੈਂਦੇ ਨੇ, ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ। ਜਿਵੇਂ ਪਹਿਲਾਂ ਪਰਿਵਾਰਾਂ 'ਚ ਹੁੰਦਾ ਸੀ ਕਿ ਇੱਕ ਲਾਣੇਦਾਰ ਹੁੰਦਾ ਸੀ, ਬਾਕੀ ਨਣਦਾ ਭਰਜਾਈਆਂ ਅਤੇ ਜਵਾਕ ਹੁੰਦੇ ਸੀ, ਸਾਰੇ ਦਿਨ 'ਚ ਜੋ ਵੀ ਸ਼ਿਕਵੇ ਗਿਲੇ ਹੁੰਦੇ ਸੀ ਆਥਣੇ ਰੋਟੀ ਖਾਣ ਵੇਲੇ ਇੱਕ ਦੂਜੇ ਨਾਲ ਕਲੀਅਰ ਕਰਕੇ ਰਾਤ ਨੂੰ ਝਗੜੇ ਖਤਮ ਕਰਕੇ ਸੌਂਦਾ ਸੀ ਸਾਰਾ ਟੱਬਰ। ਹੁਣ ਅਲੱਗ ਅਲੱਗ ਕਮਰਿਆਂ 'ਚ ਵੜ ਗਏ, ਜਿਹੜੇ ਸ਼ਿਕਵੇ ਨੇ ਉਹ ਸ਼ਿਕਵੇ ਬਣਦੇ ਬਣਦੇ ਮਸਲੇ ਬਣ ਜਾਂਦੇ ਨੇ। ਸੋ ਇਸ ਕਰਕੇ ਪੰਜਾਬ ਦੇ ਇਸ ਪਰਿਵਾਰ ਦਾ ਤੁਸੀਂ ਮੈਨੂੰ ਮੁਖੀ ਬਣਾਇਆ, ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚ ਸਕਦਾ ਸੀ ਕਿ ਇੱਥੇ ਤੱਕ ਪਹੁੰਚ ਜਾਂਗੇ। ਅਸਤੌਜ ਪਿੰਡ ਅਮਿੰਦਰ ਮਾਸਟਰ ਦਾ ਮੁੰਡਾ ਸਾਈਕਲ 'ਤੇ ਆਉਂਦੇ ਹੁੰਦੇ ਸੀ, ਉਹਦਾ ਵੀਰ ਵਾਲੀ ਸੜਕ ਵੀ ਨਹੀਂ ਬਣੀ ਸੀ, ਉਹ ਤਾਂ ਤੋਲਾਲ ਵਿੱਚ ਦੀ ਆਉਂਦੇ ਹੁੰਦੇ ਸੀ। ਸੋ ਤੋਲਾਲ ਪਹਿਲਾਂ ਤੋਲਾਲ ਪੜ੍ਹੇ 6ਵੀਂ 7ਵੀਂ 8ਵੀਂ 9ਵੀਂ 10ਵੀਂ ਇੱਥੇ ਆ ਗਏ। ਸੋ ਕਲਾਕਾਰ ਬਣਾਤਾ, ਪਰ ਉਹ ਵੀ ਨਹੀਂ ਸੋਚਿਆ ਸੀ ਪਹਿਲਾਂ, ਸੋਚਿਆ ਸੋਚਣਾ ਹੋਈ ਜੋ ਸੋਚਿਆ ਲੱਖ ਵਾਰ। ਆਹ ਤਾਂ ਸੋਚਿਆ ਹੀ ਨਹੀਂ ਸੀ ਕਿ ਐਡੀਆਂ ਐਡੀਆਂ ਕੁਰਸੀਆਂ 'ਤੇ ਵੀ ਤੁਸੀਂ ਬਿਠਾ ਦੋਗੇ। ਮੈਂ ਤਾਂ ਦਿਨ ਰਾਤ ਇਹੀ ਅਰਦਾਸ ਕਰਦਾ ਹੁੰਦਾ ਪਰਮਾਤਮਾ ਅੱਗੇ ਕਿ ਪਰਮਾਤਮਾ ਭਾਵੇਂ ਇੱਜ਼ਤ ਹੋਰ ਨਾ ਵਧਾਈ, ਪਰ ਜਿੰਨੀ ਕੁ ਬਣਾਈ ਹੈ ਨਾ ਇਹਨੂੰ ਬਚਾਈ ਰੱਖੀ, ਘਟਾਈ ਨਾ, ਔਰ ਇਸ ਤਰ੍ਹਾਂ ਦਾ ਬਲ ਬਖਸ਼ੀ, ਸਮੱਤ ਬਖਸ਼ੀ ਕਿ ਇੱਕ ਸਾਈਨ ਕਰੀਏ, 4 ਚੁੱਲ੍ਹੇ ਬਲਦੇ ਹੋਣ, ਘਰਾਂ ਦੇ ਵਿੱਚ ਤਰੱਕੀਆਂ ਦੇ ਦੀਵੇ ਜਲਦੇ ਹੋਣ, ਜਗਦੇ ਰਹਿਣ। ਔਰ ਬਾਕੀ ਮੈਂ ਫੇਰ ਕਹਿੰਦਾ, ਆ ਜਿਹੜੇ ਕਹਿੰਦੇ ਨੇ ਪੰਥ ਬਚਾਓ ਪਰਿਵਾਰ ਬਚਾਓ, ਇਹਨਾਂ ਨੂੰ ਆਪਦਾ ਫਿਕਰ ਹੈ ਜੀ, ਇਹਨਾਂ ਨੂੰ ਪੰਜਾਬ ਦਾ ਜਾਂ ਤੁਹਾਡੇ ਧੀਆਂ ਪੁੱਤਾਂ ਦਾ ਕੋਈ ਫਿਕਰ ਨਹੀਂ। ਇਹ ਤਾਂ ਕਦੇ ਇੱਧਰ ਕਦੇ ਉੱਧਰ, ਬਾਅਦ 'ਚ ਕਹਿੰਦੇ ਨੇ ਜੀ ਘੁੱਟਣ ਮਹਿਸੂਸ ਹੋ ਰਹੀ ਸੀ, ਪਤਾ ਨਹੀਂ ਕਿਹੜਾ ਸਾਹ ਲੈਂਦੇ ਨੇ ਜਿੱਥੇ ਘੁੱਟਣ ਮਹਿਸੂਸ ਹੁੰਦੀ ਇਹਨਾਂ ਨੂੰ, ਹੈਂ। ਸੋ ਇਹ ਕਹਿਣਾ ਹੀ ਸੌਖਾ ਹੁੰਦਾ ਘੁੱਟਣ ਮਹਿਸੂਸ ਹੁੰਦੀ ਸੀ। ਸੋ ਮੈਂ ਉਹੀ ਸ਼ੇਅਰ ਕਹੂੰਗਾ ਗੁਰਭਜਨ ਗਿੱਲ ਦਾ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਤੁਸੀਂ ਇੰਨੇ ਪਿਆਰ ਨਾਲ ਸਤਿਕਾਰ ਨਾਲ ਮੈਨੂੰ ਸੁਣਿਆ,
ਮੈਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਔਰ ਇਹੀ ਅਰਦਾਸ ਕਰਦਾ ਸਾਰੇ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਤਰੱਕੀਆਂ ਦੇ ਦੀਵੇ ਗਿੱਧੇ ਭੰਗੜੇ ਇੱਥੇ ਪੈਣਗੇ। ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਇਸੇ ਧਰਤੀ 'ਤੇ ਫੁੱਲ ਉੱਗਣਗੇ, ਇਸੇ ਧਰਤੀ 'ਤੇ ਗਿੱਧੇ ਭੰਗੜੇ ਪੈਣਗੇ, ਇਸੇ ਧਰਤੀ ਪੰਜਾਬ ਨੰਬਰ ਵਨ ਬਣੂਗਾ, ਤਾਂ ਦੇਸ਼ ਨੰਬਰ ਵਨ ਬਣੂਗਾ ਦੁਨੀਆ 'ਚ। ਪੰਜਾਬ ਬੀਂਡੀ ਵਾਲਾ, ਬੀਂਡੀ ਵਾਲਾ, ਬੀਂਡੀ ਵਾਲਾ ਸਭ ਤੋਂ ਮੂਹਰੇ ਹੁੰਦਾ ਜੇ ਰੱਸਾ ਕਸ਼ੀ 'ਚ, ਸੋ ਪੰਜਾਬ ਦੇ ਹੱਥ ਬੀਂਡੀ ਹੈ, ਅਸੀਂ ਮੂਹਰੇ ਲੱਗਾਂਗੇ, ਚਾਹੇ ਹਰ ਫੀਲਡ 'ਚ ਪਹਿਲਾਂ ਲੱਗਦੇ ਵੀ ਰਹੇ ਹਾਂ। ਇਹ ਰੀਤ ਦੁਬਾਰੇ ਚਲਾਉਣੀ ਹੈ, ਇੱਕ ਵਾਰੀ ਆਪਣੇ ਆਪ ਦੇ ਨਾਂ 'ਤੇ ਜ਼ੋਰਦਾਰ ਤਾੜੀ ਮਾਰ ਲੈਣ। ਮੈਨੂੰ ਬਹੁਤ ਖੁਸ਼ੀ ਹੋਈ ਅੱਜ ਆਪਦੇ ਘਰ ਆ ਕੇ, ਕਿਉਂਕਿ ਕੁੜੀ ਜਿੰਨੇ ਮਰਜ਼ੀ ਵੱਡੇ ਘਰ 'ਚ ਵਿਆਹੀ ਜਾਵੇ ਉਹਦੀ ਇੱਕੋ ਹੀ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕਿਆਂ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ। ਇਹ ਮੇਰੇ ਪੇਕੇ ਨੇ, ਮੇਰੇ ਪੇਕੇ ਨੇ, ਸੋ ਮੈਂ ਇੱਥੇ ਆ ਕੇ ਮੈਨੂੰ ਖੁਸ਼ੀ ਹੈ। ਕਈ ਵਾਰੀ ਜ਼ਿਆਦਾ ਟਾਈਮ ਲੱਗ ਜਾਂਦਾ ਆਉਣ 'ਚ, ਪਰ ਮੈਨੂੰ ਕਿਤੇ ਸਾਰੇ ਪੰਜਾਬ 'ਚ ਜਾਣਾ ਪੈਂਦਾ, ਇਸ ਕਰਕੇ ਥੋੜ੍ਹਾ ਜਿਹਾ ਮੇਰੀ ਹਾਜ਼ਰੀ ਜਿਹੜੀ ਹੈ ਕਬੂਲ ਹੀ ਕਰ ਲਿਆ ਕਰੋ। ਮੰਮੀ ਹੈਗੇ ਆ, ਬੇਬੇ ਪਿੰਡ ਰਹਿੰਦੀ ਹੈ, ਸੰਗਰੂਰ ਰਹਿੰਦੇ ਆ, ਕੋਸ਼ਿਸ਼ ਕਰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲਿਆ ਜਾਵੇ। ਇੱਕ ਮੈਂ ਡੀ ਸਾਹਿਬ, ਉਹ ਜਿਹੜੇ ਬਜ਼ੁਰਗ ਖੜੇ ਹੋਏ ਸੀਗੇ ਉਹਨਾਂ ਨੂੰ ਉੱਧਰ ਬੁਲਾ ਕੇ ਉਹਨਾਂ ਦਾ ਕੀ ਹੈ ਫੋਨ ਨੰਬਰ ਵੀ ਲੈ ਲਿਓ, ਅਤੇ ਕੀ ਉਹਨਾਂ ਦਾ ਜਿਹੜਾ ਕੋਈ ਸਵਾਲ ਸੁਝਾਅ ਜਾਂ ਕੋਈ ਮੰਗ ਹੈ ਉਹ ਪੂਰੀ ਕਰ ਦਿਓ। ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ। ਨਾ ਯਾਰ, ਉੱਥੇ ਤੱਕ ਤਾਂ ਪਹੁੰਚਾਓ, ਸੰਗਰੂਰ ਤੋਂ ਤੱਕ ਤਾਂ ਪਹੁੰਚਾਓ, ਥੋੜ੍ਹਾ ਜਿਹਾ ਚੱਕੋ ਆਵਾਜ਼, ਇਨਕਲਾਬ, ਇਨਕਲਾਬ, ਬੋਲੇ ਸੋਨਿਆਲ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਸਦੇ ਰਹੋ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਇੰਨੇ ਪਿਆਰ ਨਾਲ ਤੁਸੀਂ ਸੁਣਿਆ। ਲੋਕੋ ਕੋ ਅਕਸਰ ਕਹਿਤੇ ਸੁਣਾ ਹੈ, ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਬਹੁਤ ਬਹੁਤ ਧੰਨਵਾਦ।